ਇੰਡਸਟਰੀਆ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਕੈਂਗਰੂ ਨਾਮਾ ਦਾ ਅਗਲਾ ਭਾਗ ਸਾਡੇ ਨਾਲ ਨੇ ਮਿੰਟੂ ਬਰਾੜ ਜੀ ਹਮੇਸ਼ਿਆ ਦੀ ਤਰ੍ਹਾਂ ਤੋਂ ਮਿਲਦੇ ਆਂ ਜੀ ਮਿੰਟੂ ਬਰਾੜ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭਾਂ ਤੇ ਸਾਰੇ ਦਰਸ਼ਕਾਂ ਦਾ ਦਿਲੋਂ ਧੰਨਵਾਦੀਆਂ ਜੀ ਜਿਹੜੇ ਤੁਹਾਨੂੰ ਤੁਹਾਡੇ ਕਮੈਂਟ ਆ ਰਹੇ ਆ ਥੋੜੇ ਬਹੁਤ ਜਿਹੜੀਆਂ ਆਉਂਦੀਆਂ ਐਡਵਾਈਸਾਂ ਪਰ ਮੈਂ ਬੇਨਤੀ ਕਰਦਾ ਵੀ ਇੱਕ ਫਾਰਮੂਲਾ ਜੇ ਅਸੀਂ ਜੀਵਨ ਚ ਅਪਣਾ ਲਈਏ ਤਾਂ ਉਹ ਹਰ ਥਾਂ ਤੇ ਲਾਹੇਵੰਦ ਹੁੰਦਾ ਉਹ ਫਾਰਮੂਲਾ ਬੜਾ ਸਿੰਪਲ ਫਾਰਮੂਲਾ ਵੀ ਜੇ ਤੁਹਾਨੂੰ ਕੋਈ ਚੀਜ਼ ਚੰਗੀ ਲੱਗ ਤਾਂ ਤੁ ਦੁਨੀਆ ਨੂੰ ਦੱਸੋ ਜੇ ਤੁਹਾਨੂੰ ਮਾੜੀ ਲੱਗਦੀ ਆ ਤੇ ਜਿਹੜਾ ਬੰਦਾ ਸਬੰਧਤ ਆ ਉਹਨੂੰ ਨਿੱਜੀ ਤੌਰ ਤੇ ਦੱਸੋ ਤੇ ਉਹਨੂੰ ਚਾਂਸ ਦਿਓ ਸੁਧਰਨ ਦਾ ਤੇ ਸਿਮਾਣਨ ਦਾ ਸੋ ਹੋ ਸਕ ਅਸੀਂ ਵੀ ਇਨਸਾਨ ਆ ਗਲਤੀਆਂ ਸਾਡੇ ਤੋਂ ਵੀ ਹੋ ਸਕਦੀਆਂ ਹੋਈਆਂ ਵੀ ਹੋਣੀਆਂ ਜੇ ਸਾਡੀ ਕੋਈ ਕਮੀ ਸਾਡੇ ਚ ਕੋਈ ਗਲਤੀ ਆ ਸਾਨੂੰ ਨਿੱਜੀ ਮੈਸੇਜ ਕਰਕੇ ਨਿੱਜੀ ਤੌਰ ਦੇ ਉੱਤੇ ਤੁਹਾਨੂੰ ਦੱਸ ਸਕਦੇ ਆ ਵੀ ਇੱਥੇ ਤੁਸੀਂ ਗਲਤ ਹੋ ਜੀ ਜਾਂ ਇੱਥੇ ਮੈਨੂੰ ਗਲਤ ਲੱਗਦੇ ਹੋ ਤਾਂ ਅਸੀਂ ਜਾਂ ਤਾਂ ਆਪਦੀ ਦਲੀਲ ਦੇਵਾਂਗੇ ਤੇ ਜਾਂ ਅਸੀਂ ਉਹਨੂੰ ਸਹੀ ਕਰ ਲਾਂਗੇ ਹਾਂ ਜੇ ਚੰਗਾ ਲੱਗਦਾ ਫਿਰ ਲੋਕਾਂ ਨੂੰ ਦੱਸੋ ਇਹ ਫਾਰਮੂਲਾ ਸਿੰਪਲ ਆ ਚੰਗਾ ਲੱਗਿਆ ਲੋਕਾਂ ਨੂੰ ਮਾੜਾ ਲੱਗਿਆ ਤਾਂ ਨਹੀਂ ਫੀਡਬੈਕ ਜ਼ਰੂਰੀ ਆ ਸੀ ਮਤਲਬ ਚਾਹੁੰਦੇ ਵੀ ਆ ਜੀ ਤੁਹਾਡੇ ਮਤਲਬ ਜਿੱਦਾਂ ਵੀ ਸੁਝਾਅ ਨੇ ਉਸੇ ਅਕੋਰਡਿੰਗ ਮਤਲਬ ਮਨਪ੍ਰੀਤ ਹੋਇਆ ਪਿੱਛੇ ਬੈਠਿਆ ਜਾਂ ਅਸੀਂ ਆ ਉਸੇ ਅਕੋਰਡਿੰਗ ਅਸੀਂ ਥੋੜਾ ਬਥਾ ਆਪਣੀ ਹੱਥ ਤੋਂ ਸ਼ੋਅ ਨੂੰ ਤਬਦੀਲ ਕਰਦੇ ਆ ਜਾਂ ਆਪਣਾ ਮਤਲਬ ਕੋਈ ਤਕਨੀਕੀ ਨੁਕਸ ਹੈ ਉਹਨੂੰ ਤਾਂ ਹਣਾ ਸੁਧਾਰ ਕਰਦੇ ਆ ਚਲੋ ਇਹ ਗੱਲਾਂ ਰਹੀਆਂ ਜੀ ਤਕਨੀਕੀ ਨੁਕਸ ਦੀਆਂ ਜਾਂ ਕੁਝ ਹੈ ਨਾ ਫੀਡਬੈਕ ਮਤਲਬ ਥੋੜੀ ਹਮੇਸ਼ਾ ਹੀ ਵ ਅ ਅੱਜ ਦਾ ਫਿਰ ਟੌਪਿਕ ਅ ਤੁਸੀਂ ਕੀ ਸੁਣਾਉਂਗੇ ਜੀ ਦੇਖੋ ਮਸਲੇ ਅ ਅਸੀਂ ਕੋਸ਼ਿਸ਼ ਤਾਂ ਰੱਖਦੇ ਆਂ ਵੀ ਹਲਕੇ ਫੁਲਕੇ ਰੱਖੀਏ ਤੇ ਸਾਰਿਆਂ ਨੂੰ ਕਿਉਂਕਿ ਅਸੀਂ ਕਿਸੇ ਨੂੰ ਇਹ ਅ ਰਵਾਉਣ ਲਈ ਜਾਂ ਦਿਲ ਦਿਖਾਉਣ ਲਈ ਜਾਂ ਉਹਨਾਂ ਚੀਜ਼ਾਂ ਲਈ ਨਹੀਂ ਕਰਦੇ ਸੀ ਸੱਚ ਦੇ ਆਲੇ ਦੁਆਲੇ ਜੇ ਰਹਿਣ ਦੀ ਕੋਸ਼ਿਸ਼ ਕਰਦੇ ਆਂ ਪਰ ਸੱਚ ਦੀ ਪ੍ਰੋਬਲਮ ਇਹੀ ਹੈ ਕਿ ਸੱਚ ਕੰਜਾਂ ਨੂੰ ਰਲਾਉਂਦਾ ਹੀ ਉਹ ਰਲਾਉਂਦਾ ਹਾਂ ਜੀ ਪਰ ਕਈ ਮਸਲੇ ਸਾਨੂੰ ਲੋਕ ਕਹਿੰਦੇ ਆ ਵੀ ਹਲਕੀਆਂ ਫੁਲਕੀਆਂ ਗੱਲਾਂ ਵੀ ਚੰਗੀਆਂ ਲੱਗਦੀਆਂ ਸੀ ਨਾ ਕੋਸ਼ਿਸ਼ ਕਰਦੇ ਆ ਵੀ ਦੋ ਕ ਐਪੀਸੋਡ ਤੋਂ ਬਾਅਦ ਇੱਕ ਦੀ ਹਲਕੀ ਫੁਲਕੀ ਵੀ ਸੁਣਾਇਆ ਕਰੀਏ ਪਰ ਅੱਜ ਦੇ ਐਪੀਸੋਡ 'ਚ ਨਾ ਇੱਕ ਬਹੁਤ ਸੀਰੀਅਸ ਮੁੱਦਾ ਜਿਹੜੇ ਬਾਰੇ ਗੱਲ ਮੈਂ ਕਰਨੀ ਚਾਹਾਂਗਾ ਵੈਸੇ ਮੈਂ ਬਹੁਤ ਵਾਰੀ ਹੁਣ ਕੰਨੀ ਘਤਰਾਉਣਾ ਕਈ ਵਾਰੀ ਬੰਦੇ ਨੂੰ ਆਪ ਨੂੰ ਨਹੀਂ ਲੱਗ ਜਾਂਦਾ ਵੀ ਓਵਰ ਹੋ ਗਿਆ ਲੋਡ ਨਹੀਂ ਪਰ ਜਦੋਂ ਉਹੀ ਸੇਮ ਗੱਲ ਜਾਂ ਸੇਮ ਮਸਲੇ ਨੂੰ ਸੇਮ ਬੰਦਾ ਫੇਰ ਵਾਰ-ਵਾਰ ਗਲਤੀਆਂ ਕਰਦਾ ਵਾਰ-ਵਾਰ ਕਰਦਾ ਤਾਂ ਫੇਰ ਕੋਈ ਬੋਲਦਾ ਵੀ ਨਹੀਂ ਮੂਰੋ ਚੁੱਪ ਕਰਕੇ ਚੱਲੀ ਜਾਂਦੇ ਸਾਨੂੰ ਮੈਨੂੰ ਲੱਗਦਾ ਇਹ ਤੁਹਾਡੇ ਸੁਭਾਅ ਦਾ ਵੀ ਹੁੰਦਾ ਜੇ ਤੁਹਾਡਾ ਸੁਭਾਅ ਇਦਾਂ ਦਾ ਹੁੰਦਾ ਕਿ ਵੀ ਤੁਸੀਂ ਮਾੜਾ ਹੁੰਦਾ ਦੇਖ ਨਹੀਂ ਸਕਦੇ ਬਿਲਕੁਲ ਦੇਖੋ ਕਈ ਨੂੰ ਬੋਲਣਾ ਪੈਂਦਾ ਮਤਲਬ ਇਹ ਆਪਣੇ ਅੰਦਰੋਂ ਹੀ ਆਵਾਜ਼ ਆਉਂਦੀ ਹੈ ਕਿ ਵੀ ਮਿੰਟੂ ਬਰਾੜ ਕਿਉਂ ਚੁੱਪ ਬੈਠੇ ਆ ਲੇਖ ਕੁਛ ਬੋਲ ਜੀ ਬਿਲਕੁਲ ਮੈਂ ਇੱਕ ਨਾ ਦੋ ਮੇਰਾ ਆਰਟੀਕਲ છਪਾਇਆ ਸੀ ਕਿ ਦੋ ਅੱਖਰਾਂ ਦਾ ਹੀ ਜਿਹਦਾ ਆਰਟੀਕਲ ਤਾਂ ਨਹੀਂ ਸੀ ਮੈਨੂੰ ਕੀ ਅੱਛਾ ਜੀ ਮੈਂ ਇੰਡੀਆ ਜਾ ਰਿਹਾ ਸੀ ਇੰਡੀਆ ਜਦੋਂ ਪਹਿਲੀ ਵਾਰ ਗਿਆ ਉੱਥੇ ਤੇ ਉੱਥੇ ਟੈਕਸੀ ਦੇ ਵਿੱਚ ਮੇਰੀ ਗੱਲ ਚੱਲੀ ਕਿਸੇ ਨਾਲ ਤਾਂ ਉੱਥੇ ਮੈਨੂੰ ਸ਼ਬਦ ਬਾਰ-ਬਾਰ ਨੂੰ ਸੁਣਨ ਨੂੰ ਮਿਲਿਆ ਮੈਨੂੰ ਕੀ ਮੈਨੂੰ ਕੀ ਹੋਈ ਜਾਂਦਾ ਮੈਨੂੰ ਕੀ ਅੱਛਾ ਤੇ ਅਖੀਰ ਜਦੋਂ ਮੈਂ ਉੱਥੋਂ ਜਾ ਚੜਿਆ ਵਾਪਸੀ ਤੇ 2 ਮਹੀਨੇ ਲਾਗੇ ਤਾਂ ਮਗਰੋਂ ਕਿ ਜਿਹੜਾ ਬੰਦਾ ਮੈਨੂੰ ਛੱਡਣ ਆਇਆ ਸੀ ਕਹਿੰਦਾ ਇੱਥੇ ਤਾਂ ਇਹੀ ਕੁਝ ਚੱਲੀ ਜਾਂਦਾ ਤੈਨੂੰ ਕੀ ਮੈਨੂੰ ਕੀ ਤੇ ਤੈਨੂੰ ਕੀ ਦੇ ਵਿਚਾਲੇ ਸਫ਼ਰ 'ਚ ਮੈਂ ਇੱਕ ਆਰਟੀਕਲ ਲਿਖਿਆ ਉਹਦਾ ਨਾਂ ਸੀ ਮੈਨੂੰ ਕੀ ਉਹ ਆਰਟੀਕਲ ਬਹੁਤਾਂ ਤੇ ਛਪਿਆ ਬਹੁਤ ਫੇਮਸ ਹੋਇਆ ਬਹੁਤ ਭਾਸ਼ਾਵਾਂ 'ਚ ਛਪਿਆ ਤੇ ਇੱਥੋਂ ਤੱਕ ਕਿ ਚੋਰੀ ਵੀ ਸਭ ਤੋਂ ਵੱਧ ਹੋਇਆ ਮੰਨ ਲਓ ਲੋਕਾਂ ਨੇ ਆਪਣੇ ਨਾਂ 'ਇਟ' ਛਾਪਿਆ ਬਹੁਤ ਫੇਮਸ ਵੈਬਸਾਈਟਾਂ ਨੇ ਆਪਦੇ ਨਾਂ 'ਇਟ' ਛਾਪ ਕੇ ਬੜਾਈ ਲਈ ਲੋਕਾਂ ਨੂੰ ਕਰੀ ਜਾਣ ਅਸੀਂ ਤਾਂ ਇਹੀ ਲਿਖਦੇ ਹੁੰਨੇ ਐ ਇਹੀ ਕਰਦੇ ਹੁੰਨੇ ਪਰ ਉਹ ਗਲਤੀ ਇੰਨੀ ਕਰਕੇ ਵਿੱਚੋਂ ਪੜਿਆ ਨਹੀਂ ਥੱਲੇ ਲੋਕ ਕਮੈਂਟ ਕਰੀ ਜਾਣ ਵੀ ਸੀਮਜ਼ ਲਾਈਕ ਵੀ ਕੋਈ ਜਿਹੜਾ ਰਾਈਟਰ ਆ ਆਸਟ੍ਰੇਲੀਆ 'ਚ ਰਹਿੰਦਾ ਅੱਛਾ ਉਹ ਚ ਗੱਲਾਂ ਹੀ ਜੋ ਆਸਟ੍ਰੇਲੀਆ ਦਾ ਪੱਖ ਸੀ ਹਾਂਜੀ ਤੇ ਪਰ ਕੋਈ ਬੰਦਾ ਪੰਜਾਬ ਤੋਂ ਦਾਵਾ ਕਰ ਰਿਹਾ ਸੀ ਕੋਈ ਜਰਮਨ ਤੋਂ ਕੋ ਕਿਤੋਂ ਮੇਰੇ ਕੋਲ ਹਜੇ ਸਬੂਤ ਪਿਆ ਹੂੰ ਮੈਂ ਇਸ ਦਾ ਗਿਲਾ ਵੀ ਬਣਾਇਆ ਵੀ ਮੇਰੀਆਂ ਚੋਰੀ ਹੋਈ ਮੈਨੂੰ ਬੜਾ ਦੁੱਖ ਵੀ ਲੱਗਿਆ ਮੈਂ ਦੋ ਚਾਰ ਸੱਜਣਾ ਮਿੱਤਰਾਂ ਵੀ ਲੇਖ ਚੋਰੀ ਕਰਦਾ ਤੇ ਸਾਹਿਤ ਚੋਰ ਵੀ ਬੜੇ ਹੋ ਆ ਹੂੰ ਜਿੱਦਾਂ ਕੀ ਗੀਤ ਚੋਰੀ ਹੋਣ ਲੱਗ ਪਏ ਤਾਂ ਸਾਹਿਤ ਵੀ ਚੋਰੀ ਹੋਣ ਬਹੁਤ ਹੋਇਆ ਮੇਰਾ ਮੇਰੇ ਨਾਲ ਤੇ ਉਹ ਗੂਗਲ ਉਹਦੀ ਫੜ ਦਿੰਦੀ ਸੀ ਵੀ ਕਿੱਥੇ ਕਿੱਥੇ ਛਪਿਆ ਕੀ ਕੁਝ ਹੋਇਆ ਹੂੰ ਪਰ ਕੀ ਹੋਇਆ ਇੱਕ ਦਿਨੇ ਮੈਂ ਮਸਲਾਣਾ ਕੁਦਰਤੀ ਬੈਠੇ ਬੈਠੇ ਚੰਡੀਗੜ੍ਹ ਆਪਣੇ ਵੱਡੇ ਭਾਈ ਬਲਜੀਤ ਸਿੰਘ ਬੱਲੀ ਜਿਹੜੇ ਕੀ ਬਾਬੂਸ਼ਾਹੀ .com ਚਲਾਉਂਦੇ ਆ ਬੜੇ ਫੇਮਸ ਦੇਖੋ ਉਹ ਪੱਤਰਕਾਰ ਆ ਲੇਖਕ ਆ ਬੜੇ ਪੁਰਾਣੇ ਆ ਉਹਨਾਂ ਨੂੰ ਪੜਦੇ ਜਵਾਨ ਹੋਏ ਆ ਮੈਂ ਉਹਨਾਂ ਕੋਲੇ ਗੱਲ ਕਰ ਲਈ ਮੈਂ ਕਿਹਾ ਬਾਈ ਜੀ ਚੋਰੀ ਹੋ ਰਹੀ ਆ ਸਾਹਿਤ ਦੀ ਤੇ ਇਦਾਂ ਕਰਕੇ ਨਾ ਵੀ ਆ ਮੇਰੇ ਨਾਲ ਹੋਈ ਮੇਰਾ ਆਰਟੀਕਲ ਬਹੁਤਾਂ ਤੇ ਚੋਰੀ ਹੋ ਕੇ ਛਪ ਗਿਆ ਹੂੰ ਮੈਨੂੰ ਆ ਤੇ ਯਾਰ ਤੂੰ ਖੁਸ਼ ਹੋ ਹੂੰ ਇਸ ਚੀਜ਼ ਤੇ ਮੈਂ ਕਿਹਾ ਖੁਸ਼ ਹੋਵਾਂ ਮੈਨੂੰ ਸਮਝ ਨਹੀਂ ਆਈ ਕਹਿੰਦਾ ਨੰਬਰ 1 ਇਹਦਾ ਫਾਰਮੂਲਾ ਤੂੰ ਕਹਿੰਦੇ ਤੇ ਤੇ ਆਪਦਾ ਦਾਵਾ ਛੱਡ ਦੇ ਅੱਛਾ ਵੀ ਤੇਰਾ ਲੇਖ ਆ ਅੱਛਾ ਕੁਝ ਕਿਰਤਾਏ ਜੀ ਆਉਂਦੀਆਂ ਉਹਨਾਂ ਤੇ ਲੇਖਕ ਨੂੰ ਆਪਦਾ ਦਾਵਾ ਛੱਡਣਾ ਪੈਂਦਾ ਹੁੰਦਾ ਉਹ ਇੰਨਾ ਕੁ ਕਾਮਨ ਹੋ ਜਾਂਦੀ ਐ ਲੋਕ ਅਰਪਣ ਕਰ ਦ ਹਾਂ ਲੋਕ ਅਰਪਣ ਕਰ ਦ ਉਹ ਤਾਂ ਜਿਵੇਂ ਲੋਕ ਗੀਤ ਹੁੰਦਾ ਨਾ ਜਿਵੇਂ ਕੋਈ ਲੋਕ ਕਥਾ ਹੁੰਦੀ ਆ ਤੂੰ ਤਾਂ ਇਸ ਚੀਜ਼ 'ਚ ਮਾਣ ਮਹਿਸੂਸ ਕਰ ਵੀ ਤੇਰੀ ਗੱਲ ਲੋਕਾਂ ਦੀ ਗੱਲ ਬਣ ਗਈ ਲੋਕਾਂ ਦੀ ਆਵਾਜ਼ ਬਣ ਗਈ ਤੇ ਲੋਕ ਉਹਨੂੰ ਗਾਹ ਦੀ ਗਾਂ ਤੋਰੀ ਜਾਂਦੇ ਆ ਸੋ ਇਹਨੂੰ ਲੋਕ ਆਰਟੀਕਲ ਦਾ ਦਰਜਾ ਦੇ ਦੇ ਤੇ ਤੂੰ ਪਿੱਛੇ ਹਟ ਜਾ ਠੀਕ ਹੈ ਭਾਵੇਂ ਮੈਂ ਨਹੀਂ ਕਹਿੰਦਾ ਵੀ ਉਹ ਐਡੇ ਲੈਵਲ ਦਾ ਸੀ ਵੀ ਉਹ ਲੋਕ ਆਰਟੀਕਲ ਬਣਨ ਦੇ ਕਾਬਲ ਸੀ ਪਰ ਮੈਨੂੰ ਇਸ ਗੱਲ ਨੇ ਮੈਨੂੰ ਸਬਰ ਕਰਨਾ ਸਿਖਾਇਆ ਮੈਨੂੰ ਉਸ ਉਦਾਹਰਣ ਨੇ ਸਬਰ ਕਰਨਾ ਸਿਖਾਇਆ ਵੀ ਜੇ ਕੋਈ ਚੋਰ ਚੋਰੀ ਕਰਦਾ ਨਾ ਤੁਹਾਡੀ ਤੇ ਉਹ ਲੋਕਾਂ ਤੱਕ ਗੱਲ ਪਹੁੰਚਦੀ ਆ ਤਾਂ ਉਹ ਲੋਕ ਲੱਭ ਹੀ ਲੈਂਦੇ ਆ ਅਸਲ ਰਾਈਟਰ ਕੌਣ ਸੀ ਕਿਥੋਂ ਆਈ ਗੱਲ ਕਿਵੇਂ ਚੱਲੀ ਜਿਹਨੂੰ ਜਗਿਆਸਾ ਜਿਹਨੂੰ ਜਗਿਆਸਾ ਨਹੀਂ ਉਹਦੇ ਮੂਰੇ ਤਾਂ ਕੁਝ ਵੀ ਪਰੋਸ ਕੇ ਰੱਖਦੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਸੋ ਇਹ ਚੋਰੀ ਸਾਇਤ ਦੀ ਇਹ ਸਦੀਆਂ ਤੋਂ ਹੁੰਦੀ ਆਈ ਆ ਕੋ ਹੁੰਦੀ ਰਹੂਗੀ ਇੱਕ ਗੱਲ ਹੋਰ ਵੀ ਹੈ ਕਿ ਚੋਰ ਕੋਈ ਵੀ ਹੈ ਜੇ ਚੋਰੀ ਕਰਦਾ ਉਹ ਚੰਗੀ ਚੀਜ਼ ਦੀ ਚੋਰੀ ਕਰਦਾ ਕੋ ਮਾੜਾ ਚੀਜ਼ ਕੋਈ ਚੋਰ ਨਹੀਂ ਕਰਦਾ ਬਿਲਕੁਲ ਕੋਈ ਤੁਹਾਡੇ ਘਰੋਂ ਕਬਾੜ ਚੱਕ ਕੇ ਤਾਂ ਕੋਈ ਆ ਕੇ ਜਾਂਦਾ ਬਿਲਕੁਲ ਬਿਲਕੁਲ ਜੇ ਕੋਈ ਕੀਮਤ ਹੈ ਉਹ ਚੀਜ਼ ਦੀ ਤਾਂ ਹੀ ਚੋਰੀ ਹੁੰਦੀ ਹੈ ਸੋ ਉਹੀ ਚੀਜ਼ ਹੋਈ ਤੇ ਮੈਨੂੰ ਉੱਥੋਂ ਮਹਿਸੂਸ ਹੋਇਆ ਵੀ ਹਾਂ ਕੁਝ ਚੰਗੀ ਗੱਲ ਹੀ ਹੋਗੀ ਹੋਣੀ ਆ ਤਾਂ ਹੀ ਲੋਕਾਂ ਨੇ ਇੰਨੀ ਛਾਪੀ ਤੇ ਇੰਨੀ ਇੱਥੋਂ ਤੱਕ ਪਹੁੰਚੀ ਚਲੋ ਮੈਨੂੰ ਬੜੀ ਖੁਸ਼ੀ ਹੋਈ ਮੈਨੂੰ ਇੱਥੋਂ ਤੱਕ ਕੀ ਆਈ ਆ ਵੀ ਤੁਸੀਂ ਇੱਕ ਕਿਤਾਬ ਲਿਖੋ ਮੈਨੂੰ ਕੀ ਤੇ ਤੈਨੂੰ ਕੀ ਦੇ ਵਿਚਾਰੇ ਦਾ ਸਬਰ ਜਿਹੜੀ ਬੜੀ ਸੌਖੀ ਲਿਖੀ ਜਾ ਸਕਦੀ ਆ ਤੇ ਤੁਹਾਡੇ ਵਾਲੇ ਦੁਆਲੇ ਚੋਂ ਲਿਖੀ ਜਾ ਸਕਦੀ ਮੇਰਾ ਇੱਥੇ ਕਹਿਣ ਦਾ ਭਾਵੇਂ ਸੀ ਆ ਵੀ ਜਦੋਂ ਇਹ ਦਿਮਾਗ ਚ ਆ ਜਾਂਦੀ ਆ ਨਹੀਂ ਵੀ ਮੈਨੂੰ ਕਿਉਂ ਨਹੀਂ ਤਾਂ ਤੁਸੀਂ ਹਰ ਥਾਂ ਸਿੰਗੜਾਉਣ ਲੱਗ ਗਏ ਸਿੰਗੜਾਉਣ 'ਚ ਵੀ ਫਰਕ ਹੁੰਦਾ ਇੱਕ ਤਾਂ ਹੁੰਦਾ ਵੀ ਸਿਰਫ ਮਸ਼ਹੂਰੀ ਲੈਣ ਲਈ ਚਾਹੇ ਛਿੱਤਰ ਖਾ ਲੋ ਤੇ ਮਸ਼ਹੂਰ ਹੋ ਜਾਓ ਉਹ ਸਿੰਗੜਾਉਣੇ ਬਹੁਤ ਬੰਦੇ ਨਹੀਂ ਇੱਥੇ ਹਾਂ ਪਰ ਆਪਾਂ ਉਹ ਸਿੰਗੜਾਉਂਦੇ ਨਹੀਂ ਆਪਾਂ ਜਿਹੜਾ ਜਿਹੜੀ ਕੋਸ਼ਿਸ਼ ਹੁੰਦੀ ਹੈ ਵੀ ਜੈਨੂਨ ਗੱਲ ਤੇ ਬੋਲੀਏ ਤੇ ਉਸ ਤੇ ਆਪਾਂ ਪਿੱਛੇ ਵੀ ਨਹੀਂ ਹਟੇ ਕਿੱਡਾ ਮੂਹਰਲਾ ਰਤਬਾ ਕਿਸੇ ਦਾ ਕਿੱਡਾ ਵੀ ਵੱਡਾ ਆਪਾਂ ਪੰਪ ਕੇ ਦੇ ਝਿਜਕੇ ਨਹੀਂ ਆਪਾਂ ਬੋਲਿਆ ਆਪਾਂ ਲਿਖਿਆ ਪਰ ਕਦੇ-ਕਦੇ ਕੋਸ਼ਕ ਕਰੈਕਟਰ ਇਹੇ ਜੇ ਆ ਜਾਂਦੇ ਆ ਵੀ ਸੌਰੀ ਟੂ ਸੇ ਆ ਵੀ ਉਹ ਟਾਈਮ ਪੀਰੀਅਡ ਲਈ ਮਾਫੀ ਮੰਗ ਲੈਂਦੇ ਆ ਜਾਂ ਗਲਤੀ ਮੰਨ ਲੈਂਦੇ ਆ ਸਾਹਿਬ ਸਾਹਿਬ ਦਾ ਔਰ ਫੇਰ ਫੇਰ ਉੱਥੇ ਤਵਾ ਤਰ ਲੈਂਦੇ ਆ ਉਹੀ ਮਿਸ ਇਨਫੋਰਮੇਸ਼ਨ ਲਿਖਦੇ ਰਹਿੰਦੇ ਆ ਉਹੀ ਆਪਦੇ ਬਣਾਏ ਹੋਏ ਸਬੂਤ ਰੇਖਦੇ ਰਹਿੰਦੇ ਆ ਉਹੀ ਗੱਲਾਂ ਲਿਖਦੇ ਰਹਿੰਦੇ ਆ ਮੇਰੇ ਇੱਥੇ ਗੱਲ ਯਾਦ ਆ ਰਹੀ ਹੈ ਇੱਕ ਨਾ ਬਠਿੰਡੇ ਸਾਡੇ ਐਮਐਲਏ ਸਾਹਿਬ ਹੁੰਦੇ ਸੀ ਤੇ ਮੈਂ ਨਾ ਤਾਂ ਨੀ ਜ਼ਿਕਰ ਕਰੂੰਗਾ ਪਰ ਉਹਨਾਂ ਚ ਇੱਕ ਬੜੀ ਕਲਾ ਸੀ ਉਹ ਜੋ ਲੈਕਚਰ ਦਿੰਦੇ ਸੀ ਨਾ ਤਾਂ ਲੈਕਚਰ ਦੇ ਵਿੱਚ ਜਿਹੜਾ ਉਹਨਾਂ ਦਾ ਭਾਸ਼ਣ ਦਾ ਤਰੀਕਾ ਸੀ ਉਹ ਇੰਨਾ ਕੁ ਪੋਜ਼ਿਟਿਵ ਵੇ ਦੇ ਵਿੱਚ ਤੇ ਇੰਨਾ ਕੌਨਫੀਡੈਂਟ ਹੁੰਦੇ ਸੀ ਉਹ ਵੀ ਉਹ ਮੂਰਲੇ ਨੂੰ ਸੋਚਣ ਦਾ ਟਾਈਮ ਹੀ ਨਹੀਂ ਦਿੰਦੇ ਸੀ ਇੱਕ ਵਾਰੀ ਉਹਨਾਂ ਨੇ ਇੱਕ ਅੰਕੜੇ ਸੁਣਾਏ ਇੱਕ ਲੈਕਚਰਸ ਤੇ ਮੈਂ ਵੀ ਸੁਣੀ ਜਾਂਦਾ ਸੀ ਜੋ ਅੰਕੜੇ ਸੁਣਨ ਤੋਂ ਬਾਅਦ ਮੈਂ ਉਹਨਾਂ ਨੂੰ ਦੁਬਾਰੇ ਪੁੱਛਿਆ ਵੀ ਕੀ ਵੀ ਜਿਹੜੀਆਂ ਤੁਸੀਂ ਗੱਲਾਂ ਸਖਾਈਆਂ ਕਮਾਲ ਦੀਆਂ ਗੱਲਾਂ ਸੀ ਮੈਂ ਕਿਹਾ ਕਿੰਨੇ ਬੰਦੇ ਸੀ ਉੱਥੇ ਕੁਰਬਾਨੀ ਦੇਣ ਵਾਲੇ ਕਿੰਨੇ ਤੇ ਉਹ ਭਾਈ ਸਾਹਿਬ ਦੇ ਯਾਦ ਨਹੀਂ ਸੀ ਉਹ ਆਦਾ ਪਤਾ ਨਹੀਂ ਯਾਰ ਕਿੰਨੇ ਕਹਿ ਗਿਆ ਉਹ ਤਾਂ ਮੈਂ ਮੈਂ ਕਿਹਾ ਵੀ ਤੁਸੀਂ ਤਾਂ ਕਹਿ ਰਹੇ ਸੀ ਵੀ ਉੱਥੇ ਇੰਨੇ ਕਰਕੇ 83% ਤੇ ਇੰਨੇ ਪੰਜਾਬੀਆਂ ਨੇ ਕੁਰਬਾਨੀ ਦਿੱਤੀ ਆ ਤੁਸੀਂ ਅੰਕੜੇ ਬੋਲੇ ਸੀ ਕਹਿੰਦਾ 78% ਬੋਲੇ ਸੀ ਮੈਂ ਅੱਛਾ ਮੈਂ ਕਿਹਾ ਤੁਹਾਨੂੰ ਕਹਿੰਦਾ ਪਰ ਉਹ ਕਿਹੜਾ ਪਤਾ ਸੀ ਜਿਹੜੇ ਲੋਕ ਹੁੰਦੇ ਆ ਉਹ ਜੀਆਂ ਗੱਲਾਂ ਆਪਾਂ ਕੌਨਫੀਡੈਂਸ ਨਾਲ ਸੁਣਾ ਦਿੰਨੇ ਆ ਤੇ ਲੋਕ ਬਾਜੀ ਬਾ ਬਾਜੀ ਬਾਕੇ ਕੇ ਉੱਠ ਕੇ ਜਾ ਵੜਦੇ ਆ ਸੋ ਉਹੀ ਚੀਜ਼ ਇਦਾਂ ਦੇ ਬਹੁਤ ਸਾਰੇ ਲੇਖਕ ਆ ਬਹੁਤ ਸਾਰੇ ਲੋਕ ਆ ਜਿਹੜੇ ਬਹੁਤ ਸਾਰੇ ਬੁਲਾਰੇ ਆ ਜਿਹੜੇ ਉਹ ਕੌਨਫੀਡੈਂਸ ਨਾਲ ਤੁਹਾਨੂੰ ਇਹ ਜੀਆਂ ਚੀਜ਼ਾਂ ਸੁਣਾ ਜਾਂਦੇ ਆ ਵੀ ਤੂੰ ਛੋਡੇ ਕੋਲੇ ਨਾ ਟਾਈਮ ਨਹੀਂ ਤੁਸੀਂ ਪੜਤਾਲਦੇ ਨਹੀਂ ਫਰੋਲਦੇ ਨਹੀਂ ਤੇ ਉਹ ਇਹਨੂੰ ਕਹਿੰਦੇ ਆ ਤੁਸੀਂ ਆਪਣਾ ਟਾਰਗੇਟ ਆਡੀਅנס ਲੱਭ ਕੇ ਹਾਂ ਵੀ ਅੱਗੇ ਉਹਨਾਂ ਨੂੰ ਸੁਣਨ ਵਾਲੇ ਕਿੱਦਾਂ ਦੇ ਤੇ ਉਹਦਾ ਹੀ ਚੀ ਸੁਣਾ ਦਿਓ ਹੁਣ ਜਿਹੜੇ ਅੱਜ ਮੈਂ ਲੇਖ ਦੀ ਗੱਲ ਕਰ ਰਿਹਾ ਮੈਂ ਮੈਂ ਵੀ ਬੜਾ ਸਤਿਕਾਰ ਕਰਦਾ ਸੀ ਉਸ ਲੇਖਕ ਦਾ ਹਾਂਜੀ ਮੈਂ ਵੀ ਬੜਾ ਵਧੀਆ ਉਹਨਾਂ ਤੋਂ ਪ੍ਰਭਾਵਿਤ ਸੀ ਜਦੋਂ ਮੈਂ ਸੁਣਿਆ ਵੀ ਇਦਾਂ ਯੂਐਨਓ ਚ ਪੰਜਾਬੀ ਚ ਲੈਕਚਰ ਦੇ ਤਾਂ ਮੈਂ ਬੜਾ ਬੜਾ ਭਾਵਕ ਸੀਗਾ ਹਾਂਜੀ ਮੇਰੀ ਗਲਤੀ ਕਿੱਥੇ ਰਹੀ ਆ ਮੈਨੂੰ ਲੱਗਦਾ ਮੇਰੀ ਗਲਤੀ ਇਹ ਰਹੀ ਵੀ ਮੈਂ ਜਿਹੜਾ ਜਦੋਂ ਕਹਿੰਦੇ ਨਹੀਂ ਹੁੰਦੇ ਕਹਿੰਦੇ ਰਾਜੇ ਦੇ ਮੂਹਰੇ ਜਿਹੜਾ ਤੁਹਾਨੂੰ ਸੀਸ ਝੁਕਾਉਣੇ ਪੈਂਦਾ ਤੇ ਮੈਂ ਸਸਰੀ ਕਾਲ ਨਹੀਂ ਬਣਾਈ ਜਦੋਂ ਆਸਟ੍ਰੇਲੀਆ ਆਏ ਉਸ ਲੇਖ ਅੱਛਾ ਮੇਰੇ ਤੋਂ ਗਲਤੀ ਇਹ ਰਹੇਗੀ ਵੀ ਸਾਰੇ ਲੇਖਕਾਂ ਨੇ ਉਸ ਟਾਈਮ ਫੇਸਬੁੱਕ ਤਾਂ ਹਜੇ ਚੱਲਿਆ ਚੱਲਿਆ ਸੀ ਸੋਸ਼ਲ ਮੀਡੀਆ ਜਰੀਏ ਜਾਂ ਨਿੱਜੀ ਤੌਰ ਤੇ ਇੱਕ ਆਓ ਭਗਤ ਦੇ ਖਬਰ ਲਾਈ ਜਾਂ ਕੋਈ ਸਟੇਟਸ ਬਣਾਇਆ ਵੀ ਮਹਾਨ ਲੇਖਕਾ ਪਹੁੰਚੇ ਹੋਏ ਆ ਜੀ ਤੇ ਅਸੀਂ ਸਵਾਗਤ ਤੇ ਮੇਰੇ ਤੋਂ ਨਾ ਅਸਲ ਚ ਕਾਰਨ ਕੀ ਹੋਇਆ ਮੇਰੇ ਕੋਈ ਰੰਜਿਸ਼ ਨਹੀਂ ਸੀ ਮੈਂ ਤਾਂ ਉਦੋਂ ਸਤਿੰਦਰ ਸਰਤਾਜ ਦੇ ਸ਼ੋਹਾਂ 'ਚ ਵੀ ਜੀ ਸੀ ਉਦੋਂ ਅਮਨਦੀਪ ਹੋਰਾਂ ਨੇ ਅਪਰਾਲਾ ਕੀਤਾ ਹਰ ਮੜੀ ਬਣਿਓ ਤੇ ਠੀਕ ਹੈ ਉਹ ਸ਼ੋਅ ਸ਼ੁਰੂ ਕੀਤੇ ਸਤਿੰਦਰ ਸਰਤਾਜ ਪਹਿਲੀ ਵਾਰ ਇੰਟਰੋਡਿਊਸ ਕਰ ਰਹੇ ਸੀ ਆਸਟ੍ਰੇਲੀਆ 'ਚ ਮੈਂ ਤਾਂ ਹੋਰ ਚ ਬੀਜੀ ਸੀ ਤੇ ਫਿਰ ਮੈਨੂੰ ਇੰਡੀਆ ਜਾਣਾ ਸੀ ਉਸੇ ਨਵੰਬਰ 'ਚ ਮੈਂ ਤਾਂ ਇਸ ਲਈ ਸਸਰੀ ਘਰ ਬੁਲਾਉਣ ਤੋਂ ਰਹਿ ਗਿਆ ਨਹੀਂ ਤਾਂ ਘਣੀ ਮੈਂ ਵੀ ਘਰੇ ਬੁਲਾਉਂਦਾ ਚਾਹ ਪਾਣੀ ਪਿਉਂਦਾ ਸਸਰੀ ਘਰ ਵੀ ਬੁਲਾਉਂਦਾ ਤੇ ਹੋ ਸਕਦਾ ਵੀ ਉਹ ਲੇਖ ਹੋਂਦ ਚ ਵੀ ਨਾ ਆਉਂਦਾ ਇਹਨਾਂ ਦਸੰਬਰ 20 ਦਸੰਬਰ 2009 ਦੀ ਗੱਲ ਆ ਮੈਂ ਆਪਦੇ ਇੰਡੀਆ ਦੇ ਪਹਿਲੇ ਟੂਰ ਤੇ ਸੀ ਤੇ ਤੜਕੇ ਤੜਕੇ ਮੇਰੇ ਫਾਸਾ ਆਇਆ ਮੈਨੂੰ ਕਹਿੰਦੇ ਵੀ ਆਪਣੀ ਤਰੀਕ ਆ ਸਰਸਵ ਜਿਲ੍ਹਾ ਪੈਂਦਾ ਸਾਨੂੰ ਤੇ ਆਪਾਂ ਉੱਥੇ ਜਾਣਾ ਤੇ ਇਹਨਾਂ ਨੂੰ ਨਾ ਸਪੋਕਸਮੈਨ ਅਖਬਾਰ ਆ ਗਿਆ ਤੇ ਆਪਣੀ ਸਵੇਰ ਸਵੇਰ ਅਖਬਾਰ ਤੇ ਝਾਕ ਮਾਰਨੀ ਹੁੰਦੀ ਸੀ ਤੇ ਮੈਂ ਜੋ ਝਾਕ ਮਾਰੀ ਚਾਤ ਮਾਰੀ ਨਾ ਖਵਾਰ ਦਿੱਤੇ ਤਾਂ ਉਸ ਛਾਤ ਦੇ ਵਿੱਚ ਮੈਨੂੰ ਇੱਕ ਟਾਈਟਲ ਦਿਖਿਆ ਜਿਹਦੇ ਵਿੱਚ ਡਾਕਟਰ ਹਰਸ਼ਿੰਦਰ ਕੌਰ ਜਿਹੜੇ ਉਹਦੇ ਲੇਖਕ ਸਨ ਉਹ 13 ਦਿਨਾਂ ਦਾ ਆਸਟ੍ਰੇਲੀਆ ਟੂਰ ਕਰਕੇ ਗਏ ਸੀ ਉਹਨਾਂ ਨੇ ਜੋ ਲੇਖ ਲਿਖਿਆ ਉਹਦਾ ਲੇਖ ਦੇ ਦਾ ਟਾਈਟਲ ਕੁਝ ਇਦਾਂ ਸੀ ਵੀ ਆਸਟ੍ਰੇਲੀਆ ਚੋਰਾਾਂ ਅਤੇ ਬੇਸ਼ਵਾਮਾਂ ਦਾ ਘਰ ਅੱਛਾ ਇੱਕੇਦਮ ਬੰਦਾ ਜੋ ਹੁਣ ਆਸਟ੍ਰੇਲੀਆ ਨਾਲ ਰਿਲੇਟਡ ਆ ਤੇ ਆਸਟ੍ਰੇਲੀਆ ਲਿਖਿਆ ਆ ਗਿਆ ਤਾਂ ਤੁਹਾਨੂੰ ਜੀ ਕਰੂਗਾ ਪੜਨ ਨੂੰ ਜਾਣਨ ਨੂੰ ਬਿਲਕੁਲ ਜਦੋਂ ਮੈਂ ਲੇਖ ਪੜ੍ਹਿਆ ਪਹਿਲਾਂ ਤਾਂ ਮੈਂ ਟਾਈਟਲ ਤੋਂ ਪੜ੍ਹ ਕੇ ਤਾਂ ਇਹ ਸੋਚਿਆ ਵੀ ਸ਼ਾਇਦ ਲੇਖਕਾ ਗੱਲ ਕਰਦੀ ਹੋਣੀ ਆ ਜਿਹੜੇ ਇੰਗਲੈਂਡ ਤੋਂ ਜਿਹੜੇ ਅਪਰਾਧੀ ਕਿਸਮ ਦੇ ਲੋਕਾਂ ਨੂੰ ਇੱਥੇ ਸਜ਼ਾ ਦੇਣ ਲਈ ਆਸਟ੍ਰੇਲੀਆ ਨੂੰ ਉਹ ਤੋਂ ਕਾਲੇ ਪਾਣੀ ਵਾਂਗੂ ਵਰਤਿਆ ਜਾਂਦਾ ਸੀਗਾ ਟਾਪੂ ਤੇ ਛੱਡ ਜਾਂਦੇ ਸੀ ਤੇ ਇੱਥੇ ਉਹਨਾਂ ਤੋਂ ਕੰਮ ਲੈਂਦੇ ਸੀ ਮੈਂ ਕਿਹਾ ਇਹ ਉਹਨਾਂ ਦੀ ਗੱਲ ਕਰ ਰਹੀ ਆ ਵੀ ਉਹ ਪੁਰਾਣੇ ਚੋਰ ਸੀ ਆਏ ਹੋਏ ਸੀ ਜਾਂ ਅਪਰਾਧੀ ਲੋਕ ਸੀ ਉਹਨਾਂ ਦਾ ਜਿਹੜੇ ਗਾਂ ਇਹ ਬਸਿਆ ਹੋਇਆ ਸ਼ਹਿਰ ਆ ਹਮਮ ਦੇਸ਼ ਆ ਮੈਂ ਇਸ ਚੀਜ਼ ਤੇ ਸੋਚ ਰਿਹਾ ਸੀ ਪਰ ਜਦੋਂ ਮੈਂ ਲੇਖ ਪੜ੍ਹਿਆ ਨਾ ਜੀ ਮੇਰੇ ਰੂਹ ਕਾ ਰੂਹ ਕੰਬ ਗਈ ਮੈਂ ਤਕਰੀਬਨ ਉਸ ਟਾਈਮ ਤਿੰਨ ਸਾਲ ਵਾਂਗੂ ਹੋ ਗਿਆ ਸੀ ਢਾਈ ਇੱਕ ਸਾਲ ਤੋਂ ਜ਼ਿਆਦਾ ਹੋ ਗਿਆ ਸੀ ਰਹਿੰਦੇ ਨੂੰ ਆਸਟ੍ਰੇਲੀਆ ਚ ਢਾਈ ਸਾਲਾਂ ਚ ਜੋ ਕੁਝ ਮੈਂ ਨਹੀਂ ਦੇਖਿਆ ਸੀ ਕਿਤੇ ਵੀ ਹੂੰ ਉਹ ਚੀਜ਼ਾਂ ਮੈਨੂੰ ਸੁਣਨ ਨੂੰ ਮਿਲ ਗਿਆ ਉਸ ਲੇਖ ਚ ਪੜਨ ਨੂੰ ਮਿਲੀਆਂ ਤੇ ਮੈਨੂੰ ਸਮਝ ਨਾ ਆਇਆ ਮੈਂ ਬੌਲਾ ਜਾ ਹੋ ਗਿਆ ਵੀ ਯਾਰ ਆਸਟ੍ਰੇਲੀਆ ਇਹ じゃ ਤਾਂ ਮੈਂ ਤਾਂ ਦੇਖਿਆ ਨਹੀਂ ਇਹ ਕਿੱਥੇ ਆ ਕਿੱਦਾਂ ਦਾ ਤਾਂ ਚਲੋ ਜੀ ਮੈਂ ਮਨ ਜਾ ਔਖੇ ਚ ਬੈਠਾ ਤੇ ਇਹਨਾਂ ਨੂੰ ਪਾਪਾ ਜੀ ਆਏ ਕਹਿੰਦੇ ਵੀ ਚੱਲੀਏ ਮੈਂ ਕਿਹਾ ਸੌਰੀ ਵੀ ਮੈਂ ਨਹੀਂ ਜਾ ਸਕਦਾ ਤੁਸੀਂ ਜਾਓ ਕਨੇ ਕੀ ਗੱਲ ਹੋ ਗਈ ਮੈਂ ਕਿਹਾ ਮੇਰਾ ਤਾਂ ਲੱਗਦਾ ਕੋਈ ਲੋੜ ਆ ਕੁੰਡੀ ਅੜ ਗਈ ਕਿਤੇ ਤੇ ਮੈਨੂੰ ਤਾਂ ਬੋਲਣਾ ਪਊਗਾ ਮੈਨੂੰ ਉਹਨਾਂ ਨੇ ਕਿਹਾ ਵੀ ਕੀ ਗੱਲ ਸਾਰਾ ਆਸਟ੍ਰੇਲੀਆ ਬੈਠਾ ਬੋਲੂ ਆ ਮੈਂ ਕਿਹਾ ਉਹਨਾਂ ਦੀ ਡਿਊਟੀ ਆ ਬੋਲਣਾ ਨਾ ਬੋਲਣਾ ਪਤਾ ਨਹੀਂ ਬੋਲਣਗੇ ਕਿ ਨਹੀਂ ਬੋਲਣਗੇ ਪਰ ਮੈਂ ਨਹੀਂ ਰੁਕ ਸਕਦਾ ਮੈਨੂੰ ਤਾਂ ਬੋਲਣਾ ਪੈਣਾ ਮੈਂ ਤਾਂ ਹੁਣ ਕੁਝ ਲਿਖਦਾ ਤੇ ਲਿਖ ਕੇ ਦਾ ਜਵਾਬ ਦੇਣਾ ਤੇ ਮੈਂ ਪੁੱਛਣਾ ਵੀ ਇਹ ਕੀ ਚੱਕਰ ਮੈਂ ਜੀ ਪਹਿਲਾਂ ਤਾਂ ਫੋਨ ਲੱਭਣ ਦੀ ਕੋਸ਼ਿਸ਼ ਕੀਤੀ ਵੀ ਮੈਂ ਮੈਡਮ ਦਾ ਫੋਨ ਲੱਭ ਕੇ ਗੱਲ ਕਰਾਂ ਨਹੀਂ ਮਿਲਿਆ ਜੀ ਵੱਡੇ ਲੋਕ ਆ ਮੈਨੂੰ ਛੋਟੇ ਬੰਦੇ ਨੂੰ ਕਿੱਥੇ ਮੰਨੀ ਸੀ ਇਹ ਜੀ ਜੀ ਚਲੋ ਮੈਂ ਆਪਦੇ ਕੋਈ ਉਪਰਾਲਾ ਕੀਤਾ ਪਰ ਨਹੀਂ ਮਿਲਿਆ ਚਲੋ ਫਿਰ ਮੈਂ ਕੀ ਕੀਤਾ ਜੀ ਮੈਂ ਆਰਟੀਕਲ ਲਿਖਿਆ ਆਰਟੀਕਲ ਦਾ ਮੈਂ ਹਜੇ ਟਾਈਟਲ ਨਹੀਂ ਕੋਈ ਲਿਖਿਆ ਸੀ ਆਰਟੀਕਲ ਲਿਖ ਕੇ ਤੇ ਮੈਂ ਨਾ ਸੁਖਨੈਬ ਸਿੱਧੂ ਮੇਰੇ ਮਿੱਤਰ ਆ ਤੇ ਉਹ ਵੈਬਸਾਈਟ ਚਲਾਉਂਦੇ ਸੀ ਪੰਜਾਬੀ نیوز ਆਨਲਾਈਨ ਉਸ ਟਾਈਮ ਠੀਕ ਹੈ ਹੁਣ ਵੀ ਚਲਾਉਂਦੇ ਆ ਪਹਿਲੀ ਵੈਬਸਾਈਟ ਸੀ ਜਿਹੜੀ ਪਿੰਡ ਤੋਂ ਚੱਲਦੀ ਸੀ ਬੜਾ ਵੱਡਾ ਉਪਰਾਲਾ ਸੀ ਉਹਨਾਂ ਦਾ ਬਿਨਾ ਸਾਧਨਾ ਤੇ ਉਹ ਮੇਰੇ ਕਾਫੀ ਕਰੀਬੀ ਮਿੱਤਰ ਸਨ ਤੇ ਮੈਂ ਉਹਨਾਂ ਨੂੰ ਜੋ ਮਸਲਾ ਬਾਰੇ ਦੱਸਿਆ ਤੇ ਉਹ ਕਹਿੰਦੇ ਲਿਖੋ ਫਿਰ ਲਿਖਣਾ ਚਾਹੀਦਾ ਤੁਸੀਂ ਚੁੱਪ ਕਰੋਗੇ ਤਾਂ ਸਾਰੀ ਦੁਨੀਆ ਚੁੱਪ ਕਰੂਗੀ ਮੈਂ ਕਿਹਾ ਲਿਖਤਾ ਦਿੱਤਾ ਕਹਿੰਦਾ ਭੇਜੋ ਫਿਰ ਛਾਪੀਏ ਮੈਂ ਕਿਹਾ ਮੈਂ ਟਾਈਟਲ ਲਈ ਫੋਨ ਕੀਤਾ ਤੁਹਾਨੂੰ ਇਹਦੇ ਟਾਈਟਲ ਕੀ ਰੱਖੀ ਉਹਨਾਂ ਨੂੰ ਜਿਹੜੀ ਲੇਖ ਭੇਜਿਆ ਤੇ ਉਹ ਆਹਦੇ ਟਾਈਟਲ ਰੱਖ ਦਿਓ ਜੀ ਇਹਦਾ ਕਿਹੜੀ ਐਨਕ ਨਾਲ ਦੇਖਿਆ ਡਾਕਟਰ ਹਰਸ਼ਿੰਦਰ ਕੌਰ ਨੇ ਆਸਟ੍ਰੇਲੀਆ ਹੂੰ ਮੈਨੂੰ ਲੋਕਾਂ ਨੇ ਡਰਾਇਆ ਤੁਹਾਡੇ ਤੇ ਐ ਕੇਸ ਹੋ ਜੂ ਤੁਹਾਨੂੰ ਸੂ ਕਰ ਦੇਣਗੇ ਉਹ ਕਰ ਦੇਣਗੇ ਮੈਂ ਆਖਿਆ ਦੇਖੋ ਉਹਨਾਂ ਚੀਜ਼ਾਂ ਤੋਂ ਤਾਂ ਮੈਂ ਡਰਦਾ ਨਹੀਂ ਹੂੰ ਸਿੱਧਾ ਮੈਂ ਨਾਂ ਤਾਂ ਲੈ ਰਿਆਂ ਉਹ ਵੀ ਤਾਂ ਸਿੱਧਾ ਨਾਂ ਨਾਲ ਲਿਖ ਰਹੇ ਹੂੰ ਜੇ ਤਾਂ ਕੋਈ ਜੇ ਤਾਂ ਕੋਈ ਦੋਰ ਹੈ ਤਾਂ ਹੈ ਹੀ ਨਹੀਂ ਮੈਂ ਹਿੰਟ ਕਿਉਂ ਦੇਵਾਂ ਮੈਂ ਸਿੱਧੀ ਗੱਲ ਜਿਹੜੀ ਲਿਖੀ ਆ ਮੈਂ ਸਿੱਧਾ ਸਵਾਲ ਕਰ ਰਹਾ ਮੇਰਾ ਰਾਈਟ ਆ ਇਸ ਦੇ ਮੀਡੀਆ ਦਾ ਪੁੱਛਣ ਦਾ ਹੈ ਜੇ ਲੇਖਕ ਪੁੱਛਣ ਦਾ ਹੈ ਜੇ ਜਾਗਰੂਕੋ ਇਨਸਾਨ ਮੈਂ ਪੁੱਛਿਆ ਮੈਂ ਸੱਬੇ ਕ ਭਾਸ਼ਾ ਚ ਬੋਲ ਰਿਹਾ ਕੋਈ ਸੱਬੇ ਕ ਭਾਸ਼ਾ ਨਹੀਂ ਲਿਖ ਰਿਹਾ ਮੈਂ ਉਹਦੇ ਵਿੱਚ ਉਹਨਾਂ ਨੂੰ ਸਵਾਲ ਬਾਏ ਸਵਾਲ ਉਹਦਾ ਜਿਹੜਾ ਜਵਾਬ ਮੰਗਿਆ ਜਿਹੜੇ ਉਹਨਾਂ ਨੇ ਉਂਗਲਾਂ ਉਠਾਈਆਂ ਸੀ ਉਹਨਾਂ ਦਾ ਮੈਂ ਜਵਾਬ ਮੰਗਿਆ ਵੀ ਮੈਨੂੰ ਕਿਉਂ ਨਹੀਂ ਦਿਖਿਆ ਜਦ ਆਸਟ੍ਰੇਲੀਆ 2.5 ਸਾਲਾਂ ਚ ਜਿਹੜਾ ਤੁਹਾਨੂੰ ਦਿਖਿਆ ਠੀਕ ਹੈ ਜੀ ਜਾਦੇ ਗੱਲਾਂ ਤਾਂ ਉਹਦੀਆਂ ਜੇ ਕਰਾਂਗੇ ਤਾਂ ਮੈਨੂੰ ਲੱਗਦਾ ਵੀ ਜਿਹੜੀਆਂ ਗੱਲਾਂ ਉਹਨਾਂ ਨੇ ਲਿਖਤੀਆਂ ਸੀ ਤਾਂ ਆਪਣੇ ਸ਼ੋਅ ਨੂੰ ਵੀ ਸ਼ਾਇਦ ਉਹ ਲੱੱਚਰ ਕਹਿ ਦੇਣ ਲੋਕ ਜੇ ਮੈਂ ਸਾਰੀਆਂ ਗੱਲਾਂ ਲਿਖ ਬੋਲ ਦਿਆਂ ਤੇ ਹਮ ਪਰ ਉਹਨਾਂ ਨੇ ਬੇਬਾਕੀ ਨਾਲ ਇਹ ਗੱਲਾਂ ਲਿਖੀਆਂ ਵੀ ਜਿਹੜੇ ਆਸਟ੍ਰੇਲੀਆ ਦੇ ਵਿੱਚ ਅੱਜ ਮੁੰਡੇ ਵਸਦੇ ਆ ਹਮ ਉਹ ਆਪ ਦਾ ਢਿੱਡ ਚੋਰੀਆਂ ਕਰਕੇ ਭਰਦੇ ਆ ਅੱਛਾ ਜੀ ਜਿਹੜੀਆਂ ਕੁੜੀਆਂ ਉਹ ਬੇਸ਼ਵਗਣੀ ਕਰਕੇ ਢਿੱਡ ਭਰਦੀਆਂ ਅੱਛਾ ਜੀ ਤੇ ਉਹਨਾਂ ਕੋਲੇ ਕੋਈ ਹੱਲ ਨਹੀਂ ਇੱਥੋਂ ਤੱਕ ਕੀ ਉਹਨਾਂ ਨੇ ਇਹ ਕਹਿਤਾ ਵੀ ਜਿੰਨੇ ਟੋਟਲ ਗਏ ਆ ਉਹਨਾਂ ਚੋਂ 25% ਕੁੜੀਆਂ ਜਿਹੜੀਆਂ ਪ੍ਰੈਗਨੈਂਟ ਆ ਤੇ ਉਹਨਾਂ ਨੂੰ ਐ ਨਹੀਂ ਪਤਾ ਵੀ ਉਹਨਾਂ ਦੇ ਬੱਚੇ ਦਾ ਬਾਪ ਕੌਣ ਆ ਅੱਛਾ ਜਿਹੜੀਆਂ ਪੰਜਾਬਣਾਂ ਗਈਆਂ ਤੇ ਉਹਨਾਂ ਦੇ ਕਹਿੰਦੇ ਉਹ 5-5 7-7 ਇਕੱਠੇ ਮੁੰਡਿਆਂ ਖੁੰਡਿਆਂ ਚ ਰਹਿ ਰਹੀਆਂ ਤੇ ਉਹਨੂੰ ਪਤਾ ਹੀ ਨਹੀਂ ਵੀ ਕੀ ਹੋਈ ਜਾਂਦਾ ਤੇ ਤੁਸੀਂ ਸੋਚੋ ਆਪਦੇ ਬੱਚੇ ਭੇਜਣ ਤੋਂ ਪਹਿਲਾਂ ਮੇਰਾ ਤਾਂ ਜੀ ਰੂਹ ਲੂਣੀ ਗਈ ਵੀ ਇਹ ਹੋਕ ਹੀ ਗਿਆ ਗੱਲ ਕਿੱਥੇ ਹੋ ਗਈ ਮੈਨੂੰ ਤਾਂ ਇੱਕ ਵੀ ਐ ਦੀ ਤੀ ਨਹੀਂ दिखी ਜਿਹੜੀ ਇਦਾਂ ਦੀ ਕੋਈ ਹੋਵੇ ਜਾਂ ਇਦਾਂ ਦਾ ਕੋਈ ਗੱਲ ਕਰ ਰਹੀ ਹੋਵੇ ਜਾਂ ਇਦਾਂ ਦਾ ਉਹ ਚ ਉਹਨਾਂ ਨੇ ਹੋਰ ਦੋਸ਼ ਲਾਏ ਉਹ ਦੋਸ਼ ਲਾਏ ਕਹਿੰਦੇ ਉਹ ਰੈਸਟੋਰੈਂਟੋਂ ਤਾਂ ਸਿੱਟੇ ਆਇਆ ਖਾਣਾ ਖਾ ਕੇ ਟਾਈਮ ਪਾਸ ਕਰਦੇ ਆ। ਉਹ ਚ ਉਹਨਾਂ ਨੇ ਕਿਹਾ ਜੀ ਮੈਨੂੰ ਕੁਝ ਇੱਕ ਕੁੜੀਆਂ ਮਿਲੀਆਂ ਜਿਹੜੀਆਂ ਸੜਕ ਤੇ ਬੀਅਰ ਦਾ ਡੱਬਾ ਕੋਲੇ ਸੀ ਤੇ ਉਹਦੇ ਨਾਲ ਲੈ ਕੇ ਲਿਟ ਰਹੀਆਂ ਸੀ। ਮੈਨੂੰ ਸਮਝਣਾ ਆਵੇ ਇੱਕ ਪਾਸੇ ਸਟੂਡੈਂਟ ਆ ਜਿਹੜਾ ਉਹ ਜਿਹੜਾ ਸੁੱਟਿਆ ਹੋਇਆ ਖਾਣਾ ਖਾ ਰਿਆ ਤੇ ਉਹਨਾਂ ਨੂੰ ਪੈਸੇ ਲਈ ਆਪਣਾ ਸਰੀਰ ਵੇਚਣਾ ਪੈ ਰਿਆ। ਦੂਜੇ ਪਾਸੇ ਸੜਕਾਂ ਦੇ ਬੀਰਾਂ ਪਿੰਦੀਆਂ ਲਟ ਲਟਦੀਆਂ ਵੀ ਦਿਖਦੀਆਂ ਇਹਨੂੰ। ਮੈਨੂੰ ਕਿਉਂ ਨਹੀਂ ਦਿਖੀਆਂ ਕਿਤੇ ਇਹ ਕੁੜੀਆਂ ਕਿੱਥੇ ਰਹਿੰਦੀਆਂ? ਖਾਸ ਕਰਕੇ ਉਹ ਵੀ ਪੰਜਾਬ ਦੀਆਂ ਸੰਸਕਾਰੀ ਧੀਆਂ। ਉਹ ਕਿੱਥੇ ਰਹਿੰਦੀਆਂ ਮੈਨੂੰ ਨਹੀਂ ਦੇਖਿਆ ਸੀ ਫਿਰ ਉਹਨਾਂ ਨੇ ਇਹ ਗੱਲ ਕੀਤੀ ਜੀ ਇੱਕ ਕਹਿੰਦੇ ਦੁਆਬੇ ਦਾ ਮੁੰਡਾ ਮਿਲਿਆ ਉਹਦੇ ਕੋਲੇ 100 ਕਿੱਲਾ ਜ਼ਮੀਨ ਸੀ ਤੇ ਉਹ ਆਦਾ ਮੇਰੀ 100 ਕਿੱਲਾ ਵਿਕ ਗਈ ਤੇ ਮੈਂ ਇੱਥੇ ਵੀ ਕੁਝ ਨਹੀਂ ਬਣ ਸਕਿਆ ਤੇ ਮੇਰੇ ਕੋਲੇ ਬਹੁਤ ਰੋਇਆ ਉਹ ਇਹ ਮੈਡਮ ਦੇ ਸਨ ਬੋਲਸ ਹਨ ਲਿਖੇ ਸਨ ਜਿਹੜੇ ਉਹ ਮੁੱਕਰ ਨਹੀਂ ਸਕਦੇ ਲਿਖਤ ਪਈਆ ਮੇਰੇ ਕੋਲੇ ਚਲੋ ਜੀ ਮੈਂ ਉਹ ਵੀ ਪੁੱਛਿਆ ਮੈਂ ਕਿਹਾ ਮੈਡਮ ਜੀ ਸ਼ਾਇਦ ਤੁਹਾਨੂੰ ਦੋਕ ਸਵਾਲ ਮੇਰੇ ਜਵਾਬ ਦੇਣੇ ਪੈਣਗੇ ਇੱਕ ਤਾਂ ਵੀ ਕੀ ਤੁਹਾਨੂੰ ਪਤਾ ਵੀ ਦੁਆਬੇ ਚ ਕਿਸੇ ਕੋਲੇ 100 ਕਿੱਲਾ ਜ਼ਮੀਨ ਹੈਗੀ ਹੂੰ ਜੇ ਹੋਈ ਵੀ ਤਾਂ ਹੁਣ ਰੇਅਰ ਆ ਜੇ ਕਿਸੇ ਕੋਲੇ 100 ਕਿਲ ਮਾਲ ਵਿੱਚ ਹੈਗੇ ਅਜੇ ਵੀ 100 ਕਿੱਲੇ ਵਾਲੇ ਘਰ ਪਰ ਪਰ ਦੁਆਬੇ ਦੇ ਵਿੱਚ 100 ਕਿੱਲੇ ਵਾਲਾ ਘਰ ਨਹੀਂ ਮਿਲਦਾ ਹੂੰ ਦੂਜਾ ਮੈਂ ਕਿਹਾ ਤੁਹਾਨੂੰ ਪਤਾ ਵੀ ਦੁਆਬੇ ਦੀ 100 ਕਿੱਲੇ ਜ਼ਮੀਨ ਦੀ ਕਿੰਨੀ ਕੀਮਤ ਆ ਮੈਂ ਕਿਹਾ ਤੁਸੀਂ ਤਾਂ ਕਿਹਾ ਨਾ ਇੱਕ ਮੁੰਡਾ ਭੇਜਣ ਤੇ ਵਿਕ ਗਈ ਉਹ ਤਾਂ ਸਾਰੇ ਦੁਆਬੇ ਨੂੰ ਆਸਟ੍ਰੇਲੀਆ ਭੇਜ ਦੂਗੀ ਹੂੰ ਐ ਜਿੰਨੀ ਕੀਮਤ 100 ਕਿੱਲੇ ਦੀ ਦੁਆਬੇ ਚਾ ਤਾਂ ਸਾਰਾ ਪੰਜਾਬ ਆ ਜੇ ਉੱਥੇ ਹਾਂਜੀ ਤੇ ਉਹ ਤਾਂ ਕੋਈ ਚੱਕਰੀ ਨਹੀਂ ਤਾਂ ਇਹ ਤਾਂ ਜਿਹੜੀ ਗੱਲ ਪਰ ਉਹ ਬੇਦਲੀਲੀਆਂ ਬੇ ਮਤਲਬ ਦੀਆਂ ਬੇ ਸਿਰ ਪੈਰ ਦੀਆਂ ਗੱਲਾਂ ਲਿਖੀਆਂ ਇੱਕ ਮਹਾਨ ਲੇਖਕਾਂ ਨੇ ਜਿਹਨੂੰ ਮਹਾਨ ਦਾ ਦਰਜਾ ਮਿਲਿਆ ਹੋਇਆ ਤੇ ਜਿਹਨੂੰ ਐਂ ਕਹਿੰਦੇ ਆ ਲੋਕ ਗੁਰਦੁਆਰਿਆਂ ਤੋਂ ਲੈ ਕੇ ਵੱਡੇ ਵੱਡੇ ਥਾਵਾਂ ਤੇ ਉੱਤੇ ਸਨਮਾਨ ਕੀਤੇ ਜਾਂਦੇ ਆ ਉਹ ਲੋਕਾਂ ਮੰਨਿਓ ਜਿਨ੍ਹਾਂ ਨੇ ਕਿਤੇ ਉਹਨਾਂ ਦੀ ਲਿਖਤ ਹੀ ਨਹੀਂ ਪੜ੍ਹੀ ਹੂੰ ਜਿਨ੍ਹਾਂ ਨੇ ਉਹਨਾਂ ਤੋਂ ਪੁੱਛਿਆ ਹੀ ਨਹੀਂ ਵੀ ਤੁਸੀਂ ਕੀ ਲਿਖੀ ਕੀ ਜਾਣਦੇ ਹੋ ਚਲੋ ਜੀ ਮੈਂ ਬੋਲਿਆ ਮੈਂ ਇਹ ਗੱਲ ਕੀਤੀ ਸਖਨੈਬ ਸਿੱਧੂ ਨੇ ਛਾਪਤੀ ਉਹਦੀ ਪੰਜਾਬੀ نیوز ਆਨਲਾਈਨ ਤੇ ਅੱਧੇ ਘੰਟੇ ਜੀ 21 ਤਰੀਕ ਨੂੰ ਛਪੀ ਆ ਮੈਨੂੰ ਲੱਗਾ ਉਹ ਮੈਂ ਕੱਲ ਪਰਸੋਂ ਹੀ ਦੇਖ ਰਿਹਾ ਸੀ ਉਸੇ ਸ਼ਾਮ ਨੂੰ ਮੈਨੂੰ ਕੈਨੇਡਾ ਤੋਂ ਕਿਸੇ ਰੇਡੀਓ ਦਾ ਫੋਨ ਆ ਗਿਆ ਉਹ ਕਹਿੰਦਾ ਜੀ ਤੁਹਾਡੇ ਨਾਲ ਗੱਲ ਕਰਨੀ ਹੈ ਇਸ ਵਿਸ਼ੇ ਤੇ ਮੈਂ ਆਖਿਆ ਜੀ ਵੀ ਮੈਂ ਇਕੱਲਾ ਨਹੀਂ ਕਰਦਾ ਮੈਡਮ ਨੂੰ ਲਿਓ ਇਕੱਠੇ ਗੱਲ ਕਰਾਂਗੇ ਪਤਾ ਲੱਗੇ ਹਾਂ ਜੀ ਚਲੋ ਜੀ ਮੈਂ ਕਹਿੰਦੇ ਜੀ ਮੈਡਮ ਦਾ ਟਾਈਮ ਨਹੀਂ ਮਿਲਦਾ ਬਹੁਤ ਔਖਾ ਮਿਲਦਾ ਮੈਂ ਕਿਹਾ ਜੀ ਮੈਂ ਬਹੁਤ ਈਜ਼ੀ ਹਾਂ ਜਿੱਥੇ ਜਦੋਂ ਮਰਜ਼ੀ ਮਿਲ ਜੇ ਮੈਨੂੰ ਨਾਲ ਨਾਲ ਮੇਰੇ ਕੋਲ ਤਾਂ ਟਾਈਮ ਹੀ ਟਾਈਮ ਆ ਮੈਂ ਤਾਂ ਇੱਕ ਆਮ ਜਿਹਾ ਬੰਦਾ ਮੈਂ ਕੋਈ ਹੋਣੀ ਹੈਗਾ ਉੱਥੇ ਮੈਂ ਆਪਦੇ ਸਾਰੇ ਕੰਮ ਛੱਡ ਕੇ ਮੈਂ ਤਿਆਰ ਹੋ ਜਾਊਗਾ ਤੁਸੀਂ ਮੈਡਮ ਨਾਲ ਅਰੇਂਜ ਕਰ ਲਓ ਹੋ ਗਿਆ ਰੇਡੀਓ ਤੇ ਸਾਡੀ ਟਾਕ ਹੋਈ ਰੇਡੀਓ ਤੇ ਮੈਂ ਉਹਨਾਂ ਨੂੰ ਉਹਨਾਂ ਨੇ ਰੇਡੀਓ ਤੇ ਹੋਰ ਮੈਂ ਚੁੱਪ ਕਰਕੇ ਸੁਣਦਾ ਰਿਹਾ ਪਹਿਲਾਂ ਉਹਨਾਂ ਨੂੰ ਪਤਾ ਨਹੀਂ ਸੀ ਜਿੰਨਾ ਕਿ ਲੇਖ ਚ ਲਿਖਿਆ ਸੀ ਉਦੋਂ ਵੀ ਕੀ ਬੋਲੇ ਰੇਡੀਓ ਤੇ ਆਸਟ੍ਰੇਲੀਆ ਦੇ ਮਾਮਲੇ 'ਚ ਜਿਵੇਂ ਨੰਬਰ ਬਣਾਉਣ ਲਈ ਆ ਵੀ ਸਹਿਮਤੀ ਲੈਣ ਲਈ ਜਦੋਂ ਮੈਂ ਬੋਲਿਆ ਤਾਂ ਉਸ ਤੋਂ ਬਾਅਦ ਉਹ ਗੱਲਾਂ ਦਾ ਜਵਾਬ ਕਿੱਥੋਂ ਦੇਣ ਜਦੋਂ ਜਵਾਬ ਹੈ ਹੀ ਨਹੀਂ ਸੀ ਰੇਡੀਓ 호ਸਟ ਨੇ ਮੈਨੂੰ ਕਿਹਾ ਮੇਰੇ ਅੱਜ ਵੀ ਉਹ ਸਾਇਨ ਜ਼ਿਆਦਾ ਰੇਡੀਓ ਉਸ ਮੈਨੂੰ ਕਹਿੰਦਾ ਜੀ ਦੇਖੋ ਇਹਨਾਂ ਨੂੰ ਧੀ ਪੰਜਾਬ ਦਾ ਅਵਾਰਡ ਮਿਲਿਆ ਹੋਇਆ ਤੇ ਧਿਆਨ ਨਾਲ ਬੋਲੋ ਇਹਨਾਂ ਦੀ ਇੱਜ਼ਤ ਕਰੋ ਮੇਰੇ ਐਗਜੈਕਟ ਸ਼ਬਦ ਸ਼ਬਦ ਪਤਾ ਕੀ ਸੀ ਮੈਂ ਮੈਂ ਨਹੀਂ ਕਰਦਾ ਮੈਂ ਕੋਈ ਕੇਅਰ ਨਹੀਂ ਕਰਦਾ ਮੈਂ ਕੋਈ ਇੱਜ਼ਤ ਵਾਲੇ ਪਾਸੇ ਨਹੀਂ ਹੁੰਨ ਜਾਂਦਾ ਮੈਂ ਕਿਹਾ ਇਹ ਕੱਲੇਤੀ ਪੰਜਾਬ ਦੇ ਆ ਉਹ ਧੀਆਂ ਬਾਰੇ ਕੀ ਐ ਸੋਚੋਗੇ ਤੁਸੀਂ ਜਿਹੜੀਆਂ ਧੀਆਂ ਦੀ ਮਿੱਟੀ ਪਟਕੇ ਆ ਆਸਟ੍ਰੇਲੀਆ ਚ ਅੱਜ ਜੇ ਕਿਸੇ ਬਾਪ ਦੀ ਬੱਚੀ ਆਸਟ੍ਰੇਲੀਆ ਗਈ ਆ ਉਹ ਕਿਹੜੇ ਮੂੰਹ ਨਾਲ ਸੱਥ ਚ ਜਾਊਗਾ ਉਹਨੂੰ ਤਾਂ ਪਿੰਡ ਚ ਮਰਨਾ ਕਰ ਦੇਣਗੇ ਵੀ ਤੇਰੀ ਤੇਰੇ ਬੱਚੇ ਦਾ ਕੁਝ ਕਰ ਰਿਹਾ ਇੱਥੇ ਜਿਕ ਚੈਕ ਮੁੰਡਾ ਚਾਹੇ ਕੁੜੀ ਚੱਲ ਮੁੰਡੇ ਦਾ ਤਾਂ ਫੇਰ ਵੀ ਸਬਰ ਹੋ ਜੂ ਕੁੜੀ ਦੇ ਮਾਮਲੇ ਚ ਜੇ ਕੁੜੀ ਦੇ ਪਿਓ ਨੂੰ ਇਹ ਕਹਤਾ ਵੀ ਤੇਰੀ ਧੀ ਆਸਟ੍ਰੇਲੀਆ ਚ ਬੇਸ਼ਵਾਗ ਨਹੀਂ ਕਰਦੀ ਆ ਜਾਂ ਉਹ ਬੱਚੇ ਆ ਉਹਦੇ ਹੋਣ ਵਾਲੇ ਆ ਉਹਨੂੰ ਤੁਹਾਨੂੰ ਪਤਾ ਨਹੀਂ ਤਾਂ ਕਿਹੜੇ ਮੂੰਹ ਨਾਲ ਜਾਊ ਆ ਉਹ ਤਾਂ ਸੁਸਾਈਡ ਹੀ ਕਰੂਗਾ ਬਿਲਕੁਲ ਜੀ ਤੇ ਇਹਨੇ ਸੋਚਿਆ ਵੀ ਨਾ ਇੱਕ ਸ਼ਬਦ ਲਿਖਦੇ ਨੇ ਇੱਕ ਲਾਈਨ ਲਿਖਦੇ ਨੇ ਮੈਂ ਕਿਵੇਂ ਇੱਜ਼ਤ ਕਰਾਂ ਇਹ ਹੋਣੀ ਆ ਧੀ ਪੰਜਾਬ ਦੀ ਅਵਾਰਡ ਕਿਸੇ ਨੇ ਦਿੱਤਾ ਹੋਣਾ ਜਾਂ ਮੁੱਲ ਖਰੀਦਾ ਹੋਣਾ ਜਾਂ ਕਿਸੇ ਦਾ ਸਾਣ ਹੋਣਾ ਮੈਨੂੰ ਕੋਈ ਮਤਲਬ ਨਹੀਂ ਧੀ ਪੰਜਾਬ ਦੀ ਬਣਨ ਵਾਸਤੇ ਬਹੁਤ ਉੱਚਾ ਕਰਤਾਰ ਚਾਹੀਦਾ ਤੇ ਉਹ ਉਹ ਨਹੀਂ ਹੁਣ ਉਹ ਗਏ ਜ਼ਮਾਨੇ ਬਹੁਤ ਔਖਾ ਉਸ ਲੈਵਲ ਤੇ ਪਹੁੰਚਣਾ ਇਹ ਤਾਂ ਇੱਕ ਤੇਰੇ ਮੇਰੇ ਅਰਗਿਆਂ ਅਵਾਰਡ ਸ਼ੁਰੂ ਕਰ ਰੱਖਿਆ ਕਿਸੇ ਨੂੰ ਕੋਈ ਦੇ ਦੇ ਕਿਸੇ ਨੂੰ ਕੋਈ ਦੇ ਦੇ ਖੁਸ਼ ਕਰਨ ਲਈ ਉਹ ਵਾਰਡ ਆ ਮੈਂ ਨਹੀਂ ਇਹਨਾਂ ਚੀਜ਼ਾਂ 'ਚ ਬਲੀਵ ਕਰਦਾ ਮੈਂ ਇਹਨਾਂ ਚੀਜ਼ਾਂ ਤੇ ਮੈਂ ਖਰਾ ਖਰਾ ਹੀ ਬੋਲੂਗਾ ਖਰਾ ਚਲੋ ਜੀ ਉੱਥੇ ਉਹ ਛੱਡ ਕੇ ਮੈਂਕ ਚਲੇ ਗਏ ਫੋਨ ਰੇਡੀਓ ਦਾ ਸ਼ੋਅ ਵਿਚਾਲੇ ਛੱਡ ਕੇ ਚਲੇ ਗਏ ਲੋਕਾਂ ਨੇ ਉੱਥੇ ਕਾਲਾਂ ਵੀ ਕੀਤੀਆਂ ਕੁਝ ਨੇ ਮੈਨੂੰ ਮੜਾ ਕੇ ਆ ਕੁਝ ਨੇ ਕਿਹਾ ਪਰ ਜਿੱਥੇ ਮੈਂ ਸਹੀ ਸੀ ਮੈਂ ਆਪਦੇ ਥਾਂ ਤੇ ਸਟੈਂਡ ਲਿਆ ਸਟੈਂਡ ਲੈ ਕੇ ਮੈਂ ਉਹ ਕੱਲੀ ਕੱਲੀ ਗੱਲ ਲਈ ਫਿਰ ਮੈਂ ਪਟਿਆਲੇ ਮੈਨੂੰ ਇੱਕ ਚੈਨਲ ਵਾਲੇ ਕਹਿੰਦੇ ਵੀ ਅਸੀਂ ਲਾਈਵ ਟਾਕ ਸ਼ੋਅ ਕਰਨਾ ਮ ਸਮਾਣਗਮਣੀ ਬੈਠ ਕਰਦੇ ਆ ਮੈਂ ਤਿੰਨ ਦਿਨ ਪਟਿਆਲੇ ਚ ਬੈਠਾ ਰਿਹਾ ਜੀ ਸਿਰਫ ਮਾਰਨਿੰਗ ਸ਼ੋਅ ਲਈ ਪਰ ਤਿੰਨ ਦਿਨ ਉਹ ਲਾਰਾ ਲਾ ਕੇ ਨਹੀਂ ਆਇਆ ਆਉਂਦੇ ਕਿਹੜੇ ਮੇਰੇ ਨਾਲ ਸੱਚ ਨਹੀਂ ਸੀਗਾ ਅਖਬਾਰ ਜਿਹਦੀ ਮੈਂ ਇੰਨਾ ਸਤਕਾਰ ਕਰਦਾ ਸੀ ਵੀ ਸੱਚ ਸੁਣਾਏ ਸੱਚ ਕੀ ਬੇਲਾ ਇਹ ਅਖਬਾਰ ਦਾ ਟਾਈਟਲ ਆ ਮੈਂ ਅੱਜ ਵੀ ਕਹਿਣਾ ਵੀ ਮਾੜਾ ਅਖਬਾਰ ਨਹੀਂ ਆ ਸਭ ਕੁਝ ਮੈਂ ਉਦੋਂ ਵੀ ਵੱਧ ਜਿਹੜਾ ਉਹਦਾ ਐਡੀਟਰ ਆ ਮੈਂ ਉਸ ਬੰਦੇ ਦੀ ਕਲਮ ਦਾ ਸ਼ਕੀਨ ਆ ਉਹ ਬੰਦੇ ਦੇ ਚਾਹੇ ਲੋਕ ਕਹਿੰਦੇ ਉਹ ਸਿੱਖੀ ਚ ਪਾੜੇ ਪਾ ਰਿਹਾ ਹੋਰ ਕਰ ਰਿਹਾ ਬਹੁਤ ਉਹ ਦੀ ਸੁਣਦੇ ਪਰ ਜੋ ਲਿਖਤਾ ਉਹਨਾਂ ਨੇ ਲਿਖੀਆਂ ਜਾਂ ਜਾਂ ਤੱਥ ਲਿਖਦੇ ਮੈਂ ਅਰਜ਼ ਵੀ ਕਾਇਲ ਆ ਮੈਂ ਪੜਦਾ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਪੜਦਾ ਪਰ ਮੈਂ ਬੜਾ ਹੈਰਾਨ ਹੋਇਆ ਜਦੋਂ ਮੈਂ ਨਾਲ ਸੰਪਰਕ ਕੀਤਾ ਮੈਂ ਨਾਲ ਸੰਪਰਕ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਲਟਾ ਮੈਨੂੰ ਬੈਨ ਕਰਤਾ ਅੱਛਾ ਵੀ ਮਿੰਟੂ ਬਰਾੜ ਇਹ ਤੋਂ ਬਾਅਦ ਇਸ ਅਖਬਾਰ 'ਚ ਛਪੂਗਾ ਨਹੀਂ ਤੁਸੀਂ ਹੈਰਾਨੀ ਹੋਵੋਗੇ ਫੇਰ ਮੈਨੂੰ ਸਾਲ ਡੇਢ ਸਾਲ 2 ਸਾਲ ਉਹ ਤੋਂ ਪਹਿਲਾਂ ਮੈਂ ਛਪਦਾ ਸੀ ਉਸ 'ਚ ਸਾਲ ਦੋ ਸਾਲਾਂ ਬਾਅਦ ਮੈਨੂੰ ਕਿਸੇ ਦਾ ਫੋਨ ਆਉਂਦਾ ਸਪੋਕਸਮੈਨ ਤੁਹਾਡਾ ਆਰਟੀਕਲ ਬੜਾ ਵਧੀਆ ਹੀ ਸੀ ਨਸਲਵਾਦ ਵਾਲੇ ਛਾਪ ਦਈਏ ਜੀ ਅਸੀਂ ਤੇ ਮੈਂ ਕਿਹਾ ਛਾਪ ਦਿਓ ਭਾਈ ਕਹਿੰਦੇ ਅਸੀਂ ਤੁਹਾਡਾ ਨਾਂ ਗੁਰਸ਼ਮਿੰਦਰ ਸਿੰਘ ਲਿਖਾਂਗੇ ਮਿੰਟੂ ਬਰਾੜੀ ਮੈਂ ਕਿਹਾ ਕਿਉਂ ਗੱਲ ਕੀ ਗੱਲ ਜੀ ਮੇਰੇ ਗੱਲਾਂ ਤਾਂ ਤੁਹਾਨੂੰ ਚੰਗੀਆਂ ਲੱਗਦੀਆਂ ਮੇਰੇ ਵਿਚਾਰ ਤਾਂ ਚੰਗੇ ਲਿਆ ਮੇਰੇ ਨਾਂ 'ਚੋਂ ਮੁਸਕ ਆਉਂਦੀ ਆ ਮਿੰਟੂ ਬਰਾੜੀ ਲਿਖੋ ਅੱਛਾ ਉਹ ਆਦੇ ਕਹਿੰਦੇ ਨਹੀਂ ਜੀ ਅਸੀਂ ਤਾਂ ਗੁਰਸ਼ਮੈਂ ਫੇ ਮੈਨੂੰ ਮਿੱਤਰਾਂ ਨੇ ਰਾਏ ਦਿੱਤੀ ਵੀ ਛਾਪਣ ਦੇਣਾ ਨੂੰ ਗੁਰਸ਼ਵਿੰਦਰ ਲਿਖ ਕੇ ਛਾਪਣ ਦੇ ਆਪਾਂ ਫੇਰ ਕਰਾਂਗੇ ਕਿਸ ਦੇ ਕਿਸੇ ਕਿੰਨਾ ਸਤਕਾਰ ਕਰ ਰਹੇ ਹਾਂ ਕਿਸੇ ਚੀਜ਼ ਦਾ ਤੇ ਤੁਹਾਡੀ ਨਜ਼ਰ ਚ ਉਹ ਸੱਚ ਦਾ ਮਸੀਹਾ ਇੱਕ ਸੱਚ ਸੁਣਾਉਂਦੇ ਆ ਸੱਚ ਬੋਲਦੇ ਆ ਤੇ ਉਹ ਜਦੋਂ ਤੁਹਾਡਾ ਸੱਚ ਤਾਂ ਛਾਪ ਨਹੀਂ ਰਹੇ ਕਿਸੇ ਬੰਦੇ ਨੇ ਝੂਠ ਮਾਰਿਆ ਉਹਦਾ ਇੱਕ ਹੋਰ ਆਰਟੀਕਲ ਦੂਜੇ ਤੀਜੇ ਦਿਨ ਛਾਪਤਾ ਉਸ ਝੂਠ ਨੂੰ ਪ੍ਰੋੜਤਾ ਕਰਨ ਦਾ ਪਰ ਅਖੀਰ ਕੀ ਹੋਇਆ ਮੈਡਮ ਜੀ ਨੇ ਕਿਸੇ ਬੰਦੇ ਨੂੰ ਈਮੇਲ ਕੀਤੀ ਉਹ ਈਮੇਲ ਮੇਰੇ ਕੋਲ ਸਾਮ ਹੀ ਪਈ ਆ ਪਰ ਉਹ ਲੀਗਲੀ ਨਹੀਂ ਵੀ ਕਿਉਂਕਿ ਉਹ ਫਾਰਵਰਡ ਨਹੀਂ ਕਰ ਸਕਦਾ ਸੀ ਉਹ ਬੰਦੇ ਨੇ ਮੈਨੂੰ ਫਾਰਵਰਡ ਕਰਤੀ ਦਿਖਾਤੀ ਇਸ ਸਨੈਪਸ਼ਾਟ ਦੇ ਕੇ ਪਰ ਮੈਂ ਉਹਦਾ ਵੀ ਸਤਕਾਰ ਕਰਦਾ ਮੈਂ ਉਹ ਕਿਤੇ ਕਿਤੇ ਯੂਜ਼ ਨਹੀਂ ਕੀਤੀ ਪਰ ਉਹ ਈਮੇਲ 'ਚ ਉਹਨਾਂ ਨੇ ਕਲੀਅਰ ਕੱਟ ਲਿਖਿਆ ਵੀ ਭਾਈ ਮੈਂ ਨਹੀਂ ਉਹ ਲੇਖ ਲਿਖਿਆ ਮੈਂ ਤਾਂ ਇੱਥੋਂ ਲੈ ਕੇ ਇੱਥੋਂ ਤੱਕ ਲਿਖਿਆ ਮੁਕਰ ਕੇ ਮੈਂ ਕਿਹਨੇ ਲਿਖਿਆ ਕਹਿੰਦੇ ਜੀ ਆਸਟ੍ਰੇਲੀਆ 'ਚ ਫਲਾ ਫਲਾ ਬੰਦਿਆਂ ਜਿੰਨਾਂ ਕੋਲ ਗਈ ਸੀ ਮੈਨੂੰ ਉਹਨਾਂ ਨੇ ਲਿਖਿਆ ਫੇਰ ਪੱਤੇ ਖੁੱਲਣੇ ਸ਼ੁਰੂ ਹੋਏ ਫੇਰ ਪਤਾ ਲੱਗਣ ਲੱਗਿਆ ਵੀ ਕੁਝ ਇੱਕ ਬੰਦੇ ਆਸਟ੍ਰੇਲੀਆ ਚ ਆਏ ਜੀ ਸੀ ਅੱਛਾ ਖਾਸ ਕਰਕੇ মিডিਆ ਨਾਲ ਰਿਲੇਟਡ ਉਹਨਾਂ ਨੂੰ ਆ ਲੱਗਦਾ ਜੀ ਜਿਹੜੀ ਗੱਲ ਅਸੀਂ ਭੇਜਾਂਗੇ ਬਾਹਰ ਉਹੀ ਜਾਣੀ ਚਾਹੀਦੀ ਆ ਉਹ ਉਸ ਟਾਈਮ ਲਾਈਕ ਨਹੀਂ ਕਰ ਰਹੇ ਸੀ ਸਟੂਡੈਂਟਾਂ ਨੂੰ ਉਹਨਾਂ ਨੇ ਸਟੂਡੈਂਟਾਂ ਨੂੰ ਬਦਨਾਮ ਕਰਨਾ ਸੀ ਮੈਂ ਸਟੂਡੈਂਟਾਂ ਦੇ ਹੱਕ ਚ ਲਿਖ ਰਿਹਾ ਸੀ ਤਾਂ ਉਹਨਾਂ ਨੇ ਕੀ ਕੀਤਾ ਵੀ ਇਹਦਾ ਕੱਲ ਦਾ ਚਵਾ ਕੇ ਤੂੰ ਵੱਡੀ ਕਲਮ ਲਿਆਓ ਉਹ ਤੋਂ ਲਿਖਵਾਓ ਇਹਨੂੰ ਜ਼ੀਰੋ ਕਰ ਦਿਓ ਇਸ ਪਾਲਿਸੀ 'ਚ ਉਹਨਾਂ ਨੇ ਕੁਝ ਨਹੀਂ ਦੇਖਿਆ ਕਿਸ ਦੀ ਧੀ ਭੈਣ ਦੀ ਇੱਜ਼ਤ ਨੂੰ ਮਿੱਟੀ ਰੋਲਣ ਤੇ ਕੁਝ ਕਿਸੇ ਦੇ ਪੁੱਤ ਨੂੰ ਮਿੱਟੀ ਰੋਲਣ ਤੇ ਨਹੀਂ ਦੇਖਿਆ ਉਹਨਾਂ ਨੇ ਉਹ ਕੀਤਾ ਪਰ ਆਪਾਂ ਖੜੇ ਜੀ ਜਿੰਨਾ ਖੜ ਸਕਦੇ ਸੀ ਖੜੇ ਸ਼ੁਰੂ ਚ ਕੋਈ ਨਹੀਂ ਮੇਰੇ ਨਾਲ ਖੜਿਆ ਚਲੋ ਮੇਰੇ ਆਪ ਦੇ ਤਾਂ ਜਿਨ੍ਹਾਂ ਨੇ ਖੜਨਾ ਸੀ ਖੜਨਾ ਸੀ ਦੋ ਚਾਰ ਰਹਿਣੇ ਨੇ ਪਰ ਅਖੀਰ ਨੂੰ ਹੌਲੀ ਹੌਲੀ ਜਦੋਂ ਪਤਾ ਲੱਗਿਆ ਸਾਰੇ ਮੁੜਨ ਲੱਗ ਗਏ ਜਿਹੜੇ ਬੰਦੇ ਨੇ ਉਹ ਲਿਖਾਇਆ ਸੀ ਉਹਨਾਂ ਚੋਂ ਵੀ ਬਹੁਤਿਆਂ ਦੇ ਲੇਖ ਮੇਰੇ ਕੋਲੇ ਪਏ ਆ ਉਸ ਤੋਂ ਬਾਅਦ ਸਪਸ਼ਟੀਕਰਨ ਦੇ ਲੇਖ ਲਿਖੇ ਆਸਟ੍ਰੇਲੀਆ ਦੇ মিডিਆ ਨੂੰ ਮੈਂ ਨੋਹਰੇ ਮਾਰੇ ਉਹਨਾਂ ਨੇ ਫਿਰ ਮੇਰੇ ਹੱਕ ਚ ਲੇਖ ਬੋਲੇ ਵੀ ਨਹੀਂ ਸਹੀ ਆ ਬਾਈ ਇਹ ਗੱਲ ਗਲਤ ਹੋਈ ਆ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਇਹ ਜਿਹੀਆਂ ਚੀਜ਼ਾਂ ਮੈਂ ਉਸ ਕਲਮ ਦੀਆਂ ਪੜਦਾ ਰਿਹਾ ਪਰ ਮੈਂ ਨਾ ਤੁਸੀਂ ਯਕੀਨ ਮੰਨੋਗੇ ਅੱਜ ਬੋਲਿਆ ਮੈਂ ਕਾਫੀ ਚਿਰਾਂ ਬਾਅਦ ਇਸ ਵਿਸ਼ੇ ਤੇ ਮੈਂ ਸਿਰਫ ਇਸੇ ਲਈ ਬੋਲਣਾ ਬੰਦ ਕਰਤਾ ਵੀ ਲੋਕਾਂ ਨੂੰ ਇਹ ਨਾ ਲੱਗੇ ਵੀ ਇਹ ਕੋਈ ਨਿੱਜੀ ਰੰਜਿਸ਼ ਆ ਮੇਰਾ ਕੋਈ ਨਿੱਜੀ ਰੰਜਿਸ਼ ਤਾਂ ਹੈ ਨਹੀਂ ਮੇਰਾ ਕੋਈ ਮਸਲਾ ਨਹੀਂ ਹਾਲਾਂਕਿ ਉਸ ਤੋਂ ਬਾਅਦ ਮੈਂ ਇਹ ਜੇ 10 ਲੇਖ ਪੜਾ ਸਕਦਾ ਉਹਨਾਂ ਦੇ ਜਿਨ੍ਹਾਂ 'ਚ ਮਿਸ ਇਨਫੋਰਮੇਸ਼ਨ ਆ ਜੀ 'ਚ ਐਵੇਂ ਬਾਤ ਕੇ ਬਤੰਗੜ ਬਣਾਏ ਹੋਏ ਆ ਗਲਤ ਇਨਫੋਰਮੇਸ਼ਨ ਗਲਤ ਅੰਕੜੇ ਦਿੱਤੇ ਹੋਏ ਆ ਮੈਂ ਉਹ ਸਾਹਮਣੇ ਕਰ ਸਕਦਾ ਪਰ ਮੈਂ ਬੋਲਦਾ ਨਹੀਂ ਮੈਂ ਇਹ ਨਹੀਂ ਬੋਲਦਾ ਵੀ ਯਾਰ ਲੋਕਾਂ ਨੂੰ ਇਹ ਨਾ ਲੱਗੇ ਨਿੱਜੀ ਆ ਇਹਦਾ ਮੈਂ ਤੁਹਾਨੂੰ ਇੱਕ ਆਧਾਰਨ ਦੇ ਦਿੰਦਾ ਉਸ ਤੋਂ ਬਾਅਦ ਬੀਬਾ ਜੀ ਨੇ ਲੇਖ ਲਿਖਿਆ ਜੀ ਏਡਜ਼ ਦੇ ਉੱਤੇ ਅੰਮ੍ਰਿਤਸਰ ਦੇ 25% ਲੋਕਾਂ ਨੂੰ ਏਡਜ਼ ਕਰਤੀ ਅੱਛਾ ਕਹਿੰਦੇ ਗੁਰੂ ਕੀ ਨਗਰੀ ਏਡਜ਼ ਦੀ ਮਾਰ ਰੇਠ ਠੀਕ ਆ ਜਦੋਂ ਤੁਸੀਂ ਅੰਕੜੇ ਪੜੋਗੇ ਬੰਦਾ ਦਵਾ ਦਵਾ ਉਹੀ ਜਿਹੜੀ ਐਮਐਲਏ ਨੇ ਜਿਵੇਂ ਲੈਕਚਰ ਦੇਤਾ ਤੇ ਮੰਨ ਜਾਂਦਾ ਵੀ ਵਾਹ ਜੀ ਵਾਹ ਮਹਾਨ ਕਮੈਂਟ ਬੱਲੇ ਜੀ ਬੱਲੇ ਆਤਾ ਜੀ ਸਿਰ ਆਖਾਂ ਖੋਲਦੀਆਂ ਜੀ ਜਦੋਂ ਤੁਸੀਂ ਅੰਕੜੇ ਮੈਂ ਪੜੇ ਮੈਂ ਕਿਹਾ ਵੀ ਅੰਮ੍ਰਿਤਸਰ ਦੀ ਵਾਦੀ ਮੰਨ ਲਈਏ 10 ਲੱਖਾਂ ਹੂੰ ਆਪਾਂ ਮੰਨ ਲਓ 10 ਲੱਖਾਂ ਵਾਦੀ ਆ ਹੂੰ ਮੈਂ ਕੋਈ ਇਥੇ ਪ੍ਰੋਪਰ ਅੰਕੜੇ ਨਹੀਂ ਦਿੰਦਾ ਇੱਕ ਸਵਾ ਉਹ ਆਈਡੀਆ 25% ਮੀਨਸ 2.5 ਲੱਖ ਬੰਦੇ ਨੂੰ ਹੋ ਗਏ ਬਿਲਕੁਲ ਮੈਂ ਤਾਂ ਇਹ ਸੁਣਿਆ ਵੀ ਇੰਡੀਆ 'ਚ ਜੇ ਕਿਸੇ ਨੂੰ ਏਡਜ਼ ਹੋ ਜਾਂਦੀ ਹੈ ਤੇ ਗਵਰਨਮੈਂਟ ਉਹਨੂੰ ਆਪਦੀ ਕਸਟਡੀ ਚ ਲੈ ਲੈਂਦੀ ਹੈ ਹੂੰ ਗਵਰਨਮੈਂਟ ਦੀ ਦੇਖ ਰੇਖ ਚੱਲਾ ਜਾਂਦਾ ਵੀ ਉਹ ਬਾਹਰ ਨਾ ਕਿਸੇ ਨੂੰ ਫਲਾਵੇ ਤੇ ਜੇ 2.5 ਲੱਖ ਬੰਦਾ ਅੰਮ੍ਰਿਤਸਰ ਦੇ ਵਿੱਚ ਇਦਾਂ ਤਾਂ ਕਿਹੜੇ ਆਸ਼ਰਮ 'ਚ ਹੂੰ ਕਿਹੜੇ ਹਸਪੀਟਲ 'ਚ ਕਿੱਥੇ ਰੱਖਿਆ ਹੋਇਆ ਉਹਨਾਂ ਦਾ ਕੀ ਟਰੀਟ ਚੱਲ ਰਿਹਾ ਫੇਰ ਜੇ ਇੱਕ ਫੈਮਿਲੀ ਚ ਮੰਨੀਏ ਤਾਂ ਚਾਰਜ ਹੀ ਆ ਹੂੰ ਚਾਰਜ ਹੀ ਮੀਨਸ 25% ਫਿਰ 25% ਦਾ ਮੀਨਸ ਹਰ ਫੈਮਿਲੀ ਚ ਆ ਗਈ ਇਹ ਬਿਮਾਰੀ ਜੇ ਹਰ ਫੈਮਿਲੀ ਚ ਆ ਤਾਂ ਫੈਮਿਲੀ ਚ ਇਹ ਦੂਜੇ ਨੂੰ ਵੀ ਲੱਗਣੀ ਲੱਗਣੀ ਹੂੰ ਠੀਕ ਹੈ ਤਾਂ ਇਹਦਾ ਮਤਲਬ ਤਾਂ ਗੁਰੂ ਕੀ ਨਗਰੀ ਤਾਂ ਉਹ ਆਰਟੀਕਲ ਪੜ੍ਹਨ ਤੋਂ ਬਾਅਦ ਇਹ ਸੀ ਕਿ ਵੀ 5-6 ਮਹੀਨੇ ਦੀ ਰਹਗੀ ਖਤਮ ਹੋ ਚੁਗੀ ਪਰ ਕੋਈ ਨਹੀਂ ਬੋਲਿਆ ਇੰਡੀਆ ਦੇ ਵਿੱਚ ਵੱਡੀਆਂ-ਵੱਡੀਆਂ ਕਲਮਾਂ ਵੱਡੇ-ਵੱਡੇ ਲੋਕ ਬੈਠੇ ਆ ਕਿਸੇ ਨੇ ਨਹੀਂ ਬੋਲਿਆ ਪੜ੍ਹ ਲਿਆ ਸੁਣ ਲਿਆ ਫਿਰ ਉਹੀ ਮੈਡਮ ਜੀ ਥੋੜੇ ਦਿਨਾਂ ਬਾਅਦ ਸਾਰੇ ਪੰਜਾਬ ਨੂੰ ਨਪੁੰਸਕ ਕਹੇਗੀ ਅੱਛਾ ਕੋਈ ਨਹੀਂ ਬੋਲਿਆ ਸਾਰੇ ਸਾਰੇ ਜੰਗ ਮੁੰਡੇ ਆ ਜੇ ਮਾੜੀ ਜੀ ਹੁਣ ਮੈਂ ਕੋਈ ਗੱਲ ਬੋਲਦਿਆਂ ਮਾੜੀ ਜੀ ਗੱਲ ਮੈਂ ਕਹਿਦਾ ਵੀ ਯਾਰ ਟੜਕੇ ਮੇਰੀ ਮਾਂ ਭੈਣ ਕੀ ਕਰ ਦੇਣਗੇ ਤੋ ਸ਼ਰੇਆਮ ਤੁਹਾਡੇ ਮੂੰਹ ਤੇ ਚਪੇੜ ਮਾਰ ਕੇ ਕਹੇਗੀ ਵੀ ਤੁਸੀਂ ਸਾਰੇ ਨਪੁੰਸਕ ਹੋਗੇ ਕੀ ਜਵਾਬ ਆ ਤੁਹਾਡੇ ਕੋਲ ਅਸੀਂ ਵੀ ਮੰਨਦੇ ਆ ਵੀ ਨਸ਼ਿਆਂ ਚ ਗਏ ਆ ਹੁਣੇ ਅਸਰ ਪਾਇਆ ਗੱਲ ਦੇ ਉੱਤੇ ਜਨਨ ਕਿਰਿਆ 'ਚ ਅਸਰ ਪਾਇਆ ਪਰ ਤੁਸੀਂ ਸਾਰਿਆਂ ਨੂੰ ਕਿਵੇਂ ਕਰੱਸੀ 'ਚ ਪਰੋ ਸਕਦੇ ਆ ਆਸਟ੍ਰੇਲੀਆ 'ਚ ਜੇ ਤੁਹਾਨੂੰ ਇੱਕ ਕੁੜੀ ਆ ਕੇ ਮਿਲ ਲਈ ਤੇ ਜਿਹੜੀ ਐਂ ਕਹਿੰਦੀ ਵੀ ਮੈਂ ਦੁਖੀ ਆ ਇੱਥੇ ਜੇ ਕਿਸੇ ਗੱਲ ਤੋਂ ਤੇ ਉਹ ਉਹਦੇ ਤੂੰ ਸਾਰੀਆਂ ਕੁੜੀਆਂ ਨੂੰ ਕਿਵੇਂ ਤੁਸੀਂ ਇਸ ਗੱਲ ਦੀ ਸਜ਼ਾ ਦੇ ਦੇਵੋਗੇ ਹੂੰ ਸੋ ਇਹ ਜਿਹੜੀਆਂ ਚੀਜ਼ਾਂ ਉਸ ਲੇਖ ਦੇ ਵਿੱਚ ਗਈਆਂ ਬਹੁਤ ਸੀਰੀਅਸ ਮੈਟਰ ਸੀ ਅੱਜ ਮੈਂ ਤਾਂ ਸੁਣਾ ਰਿਹਾ ਆਂ ਵੀ ਅੱਜ ਦੀ ਜਨਰੇਸ਼ਨ ਨੂੰ ਸ਼ਾਇਦ ਨਹੀਂ ਪਤਾ ਵੀ ਅਸੀਂ ਕਿੱਥੋਂ ਤੱਕ ਲੜੇ ਆਂ ਕਿੱਥੋਂ ਤੱਕ ਅਸੀਂ ਰਿਸਕ ਲਿਆ ਜਿਹੜੇ ਅੱਜ ਸਟੂਡੈਂਟ ਆ ਰਹੇ ਆ ਜਾਂ ਅੱਜ ਕਿੰਗਰੂਨਾਮਾ ਸੁਣ ਰਹੇ ਆ ਉਹਨਾਂ ਨੂੰ ਨਹੀਂ ਪਤਾ ਵੀ ਇਹ ਕਿੱਥੋਂ ਤੱਕ ਹਾਂ ਮੈਨੂੰ ਅੱਜ ਦੇ ਐਪੀਸੋਡ ਤੋਂ ਬਾਅਦ ਵੀ ਭੁਗਤਣਾ ਪਊਗਾ ਮੈਨੂੰ ਹੁਣ ਵੀ ਇਸ ਚੀਜ਼ ਦੇ ਵੀ ਟੇਡੇ ਵਿੰਗੇ ਉਹਨਾਂ ਦੇ ਚਾਹਣ ਵਾਲਿਆਂ ਦੇ ਫੋਨ ਆਉਣਗੇ ਵੀ ਮੈਨੂੰ ਧਮਕੀਆਂ ਦੇਣਗੇ ਮੈਂ ਪ੍ਰਵਾਹ ਨਹੀਂ ਕਰਦਾ ਦੇਖੋ 50 55 ਸਾਲ ਭੋਗ ਚੁੱਕੇ ਆ ਮੈਂ ਇਸ ਨੂੰ ਅੰਤਿਮ ਹੀ ਮੰਨਦਾ ਕੋਈ ਗੱਲ ਨਹੀਂ ਕੀ ਆ ਕਿ ਇਹ ਚ ਕੋਈ ਫਰਕ ਨਹੀਂ ਪਰ ਮੈਂ ਆਪਦੀ ਜ਼ਮੀਰ ਨੂੰ ਤਾਂ ਜਵਾਬ ਦੇ ਹੈ ਨਾ ਮੈਂ ਸੱਚ ਦੇ ਨਾਲ ਖੜਾ ਉਸ ਲੋੜ ਤੇ ਜਦੋਂ ਸੱਚ ਸੀ ਮੈਂ ਸੱਚ ਬੋਲਿਆ ਅੱਜ ਜੇ ਕੋਈ ਯਾਦ ਕਰੇ ਨਾ ਕਰੇ ਪਰ ਅੱਜ ਵੀ ਮੈਨੂੰ ਕਿਤੇ ਕਿਸੇ ਧੀ ਪੈਣ ਦਾ ਫੋਨ ਆ ਜੇ ਤੇ ਉਹ ਐਂ ਕਹੇ ਦੇ ਵੀ ਉਦੋਂ ਤੁਸੀਂ ਆਹ ਗੱਲ ਕੀਤੀ ਸੀ ਮੇਰੇ ਰੂਹ ਖੁਸ਼ ਹੋ ਜਾਂਦੀ ਹੈ ਵੀ ਹਾਂ ਕਿਸੇ ਨੇ ਤਾਂ ਮੈਨੂੰ ਯਾਦ ਰੱਖਿਆ ਤੇ ਪਰ ਮੈਨੂੰ ਬੜਾ ਦੁੱਖ ਆ 10 ਸਾਲ ਆਸਟ੍ਰੇਲੀਆ ਚ ਉਹ ਮੁੜ ਕੇ ਬੜੇ ਨਹੀਂ ਕਿਉਂਕਿ ਬਣਜੋ ਕੇ ਰਹੇ ਨਹੀਂ ਕੋਈ ਕੁਸ਼ਕ ਕਹਿਜਾ ਕਾਰਨਾਮਾ ਤਾਂ ਕਰਕੇ ਨਹੀਂ ਗਏ ਸੀ ਵੀ ਜਿਹਦੇ ਨਾਲ ਬਿਲਕੁਲ ਹੋਣ ਬੜਾ ਦੁੱਖ ਲੱਗਿਆ ਜੋ ਪਿੱਛੇ ਜੇ ਪਰਥ ਉਹਨਾਂ ਨੂੰ ਸਨਮਾਨ ਕੀਤਾ ਗਿਆ ਸਰੋਪੇ ਭੇਂਟ ਕੀਤੇ ਗਏ ਕਿਸੇ ਬੰਦੇ ਨੂੰ ਅੱਛਾ ਪਰਥ ਆਏ ਚੋਰੀਓ ਚੋਰੀਓ ਪਰਥ ਚ ਹੀ ਲੈਕਚਰ ਦੇ ਕੇ ਪਰਥ ਚ ਮੁੜ ਕੇ ਗਾ ਨਹੀਂ ਆਏ ਹਾਂ ਆਸਟ੍ਰੇਲੀਆ ਚਾਹੁੰਦੇ ਲੋਕ ਮੈਨੂੰ ਆਦੇ ਕੀ ਕਰਦਾ ਤੂੰ ਕੀ ਗੱਲ ਹੋ ਜਾਂਦਾ ਮੈਂ ਕਿਹਾ ਦੇਖੋ ਮੈਂ ਆਪਦੇ ਪੱਧਰ ਤੇ ਵਿਰੋਧਤਾ ਕਰਦਾ ਕਹਿੰਦਾ ਕਿਸੇ ਨੇ ਕੁਛ ਨਹੀਂ ਨਾਲ ਤੁਰਨਾ ਸੀ ਮੈਂ ਕਿਹਾ ਮੈਂ ਚਾਹੁੰਦਾ ਵੀ ਨਹੀਂ ਸੀ ਮੈਂ ਨਹੀਂ ਚਾਹੁੰਦਾ ਸੀ ਵੀ ਮੈਂ ਭੀੜ ਲੈ ਕੇ ਤੁਰ ਕੇ ਜਾ ਕੇ ਵਿਰੋਧਤਾ ਕਰਦਾ ਮੈਂ ਇਕੱਲਾ ਹੀ ਕਰਦਾ ਮੈਂ ਇਕੱਲਾ ਹੀ ਖੜਦਾ ਤੇ ਉੱਥੇ ਤਾਂ ਮੇਰਾ ਦਮ ਦਿਖਾਉਣਾ ਸੀ ਮੈਂ ਦੱਸਦਾ हां मेनू ਇੰਨਾ ਪਤਾ ਵੀ ਜਦੋਂ ਮੈਂ ਕੱਲਾ ਖੜ ਜਾਂਦਾ ਭੀੜ ਮੇਰੇ ਮਗਰ ਲਾਜ਼ਮੀ ਆ ਕੇ ਖੜ ਜਾਂਦੀ ਟਾਈਮ ਨਾਲ ਵਕਤ ਨਾਲ ਆ ਜਾਂਦੀ ਉਸ ਦਿਨ ਨਾ ਖੜਦੀ ਵਕਤ ਨਾਲ ਜ਼ਰੂਰ ਆਉਂਦੇ ਪਰ ਮੈਂ ਆਪਦਾ ਦਿਖਾਉਂਦਾ ਵੀ ਮੇਰੇ 'ਚ ਤਾਂ ਹੈਗੀ ਨਾ ਮੈਂ ਤਾਂ ਗਲਤ ਨੂੰ ਗਲਤ ਕਹਿਣਾ ਜੇ ਨਹੀਂ ਹੈ ਕਿਸੇ 'ਚ ਦਮ ਤਾਂ ਨਾ ਕਹੋ ਜੇ ਤੁਸੀਂ ਇਹੇ ਜੇ ਉਹ ਕਹਿੰਦੇ ਉਹਨੇ ਕੀ ਗਲਤ ਕੀਤਾ ਸੀ ਸਰੋਪਾ ਮੈਨੂੰ ਫੋਨ ਆਇਆ ਬਾਅਦ 'ਚ ਉਥੋਂ ਤੁਸੀਂ ਕੀ ਗਲਤ ਕੀਤਾ ਮੈਂ ਕਿਹਾ ਜੀ ਉਹ ਤੁਹਾਡੀ ਕੁੜੀ ਨੂੰ ਬੇਸ਼ਵਕ ਕਹਿਗੇ ਮੇਰੀ ਕੁੜੀ ਨੂੰ ਕਿਵੇਂ ਕਹਦੂ ਬੇਸ਼ਵਕ ਮੈਂ ਕਿਹਾ ਸਾਰੀਆਂ ਧੀਆਂ ਨੂੰ ਕਹਿ ਕੇ ਕੀ ਸੀ ਮੈਂ ਤਾਂ ਸਾਰੀਆਂ ਕੁੜੀਆਂ ਨੂੰ ਆਪਦੀਆਂ ਧੀਆਂ ਮੰਨਦਾ ਫਿਰ ਮੇਰੀ ਕੁੜੀ ਨੂੰ ਤਾਂ ਤੇਰੀ ਨੂੰ ਨਹੀਂ ਕਿਹਾ ਹੁਣ ਮੈਂ ਕਿਹਾ ਵੀ ਜਿਹੜੀ ਉਹ ਐ ਕਿ ਕੇ ਕਿਸੇ ਨੂੰ ਉਹ ਤੋਂ ਜਵਾਬ ਮੰਗੋ ਸੋ ਇਹ ਮੈਂ ਅੱਜ ਵੀ ਸੁਣਾਉਂਦਾ ਹੋਇਆ ਤੈਸ ਚ ਮਾਫੀ ਚਾਹੁੰਨਾ ਸਾਰੇ ਦਰਸ਼ਕਾਂ ਨੂੰ ਬੜਾ ਸੀਰੀਅਸ ਮੈਟਰ ਆ ਇਸ ਮੈਟਰ ਨੇ ਮੇਰੇ ਲਈ 10 ਸਾਲਾਂ ਚ ਬਹੁਤ ਕੁਝ ਮੈਨੂੰ ਮੇਰੇ ਲਈ ਔਖਾ ਕੀਤਾ ਮੇਰਾ ਰਾਹ ਪਰ ਮੈਨੂੰ ਕੋਈ ਪਰਵਾਹ ਨਹੀਂ ਮੈਂ ਇਹਨਾਂ ਚੀਜ਼ਾਂ ਤੋਂ ਪਹਿਲਾਂ ਹੀ ਕਹਿਣਾ ਵੀ ਮੈਂ ਅੱਜ ਵੀ ਨਹੀਂ ਡਰਦਾ ਉਦੋਂ ਵੀ ਨਹੀਂ ਡਰਦਾ ਸੀ ਉਦੋਂ ਤਾਂ ਖਾਲੀ ਹੱਥ ਸੀ ਕੁਝ ਹੈ ਵੀ ਨਹੀਂ ਸੀ ਅੱਜ ਤਾਂ ਚੱਲ ਤੂੰ ਤੁਹਾਡੇ ਵਰਗੇ ਮਿੱਤਰ ਪਿਆਰਾਂ ਦਾ ਕਾਫਲਾ ਮੇਰੇ ਨਾਲ ਤੇ ਮੈਂ ਹੁਣ ਤਾਂ ਡਰਨ ਦਾ ਕੋਈ ਨਾ ਹੀ ਨਹੀਂ ਹੈ ਪਰ ਹਾਂ ਮੈਂ ਉਸ ਅਖਬਾਰ ਨੂੰ ਵੀ ਕਹਿਣਾ ਅੱਜ ਵੀ ਮੈਂ ਉਹ ਚ ਆਰਟੀਕਲ ਪੜ੍ਹਦਾ ਦੇਖਦਾ ਮੈਂ ਉਸ ਲੇਖਕਾਂ ਨੂੰ ਵੀ ਕਹਿਣਾ ਵੀ ਤੁਹਾਡੇ ਚ ਜੇ ਜਾਗਦੀ ਜ਼ਮੀਰ ਹੈ ਨਾ ਕਿ ਉਹ ਬਹੁਤ ਉੱਚ ਇੱਕ ਬਾਪ ਦੀ ਧੀ ਆ ਹੂੰ ਉਹਦਾ ਭਰਾ ਉਹ ਚੌਧੇ ਤੇ ਲੱਗਿਆ ਹਾ ਪਰ ਉਹਨੂੰ ਆਪਣੀ ਇੰਨੀਕ ਸੋਚਣੀ ਚਾਹੀਦੀ ਉਹ ਵੱਖਰੀ ਗੱਲ ਆ ਵੀ ਉਹ ਖੁਦ 100 ਰੁਪਿਆ ਲੈਂਦੀ ਹੋਈ ਰਿਸ਼ਵਤ ਲੈਂਦੀ ਹੋਈ ਫੜੀ ਗਈ ਤੇ ਉਹ ਸਸਪੈਂਡ ਹੋਈ ਆ ਜਿਹੜੀ ਕਿ ਅਖਬਾਰਾਂ ਚ ਆਈ ਆ ਮੈਂ ਨਹੀਂ ਕਹਿੰਦਾ ਗਵਾਰਾਂ ਦੇ ਚਾਪਿਆ ਜੀ ਵੀ 100 ਰੁਪਿਆ ਕੋਈ ਬੱਚਿਆਂ ਦੀ ਡਾਕਟਰ ਆ ਰਿਸ਼ਵਤ ਲੈਦੀ ਫੜੀ ਗਈ ਸੀ ਹੋਰ ਵੀ ਬਹੁਤ ਸਾਰਿਆਂ ਤੋਂ ਲਈ ਹੈ ਇੱਕ ਬਹੁਤ ਵੱਡੇ ਇੱਕ ਪੱਤਰਕਾਰ ਦੀ ਧੀ ਨਾਲ ਹੀ ਉਹਨੇ ਉਹਨੂੰ ਮਿਸ ਗਾਈਡ ਕੀਤਾ ਸੀ ਉਹਨੇ ਵੀ ਫੇਸਬੁੱਕ ਤੇ ਪਾਇਆ ਹੋਰ ਬਹੁਤ ਹੋਏ ਆ ਇਹ ਤਾਂ ਇੱਕ ਸਾਹਮਣੇ ਆ ਮੇਰੇ ਨਹੀਂ ਹੈ ਮੈਂ ਇਹਨਾਂ ਦਾ ਦਾਵਾ ਨਹੀਂ ਕਰਦਾ ਇਹ ਵੀ ਹੋਏ ਆ ਪਰ ਮੈਂ ਉਹਨਾਂ ਨੂੰ ਇਹ ਇੰਨਾ ਜ਼ਰੂਰ ਕਹਿਣਾ ਵੀ ਉਸ ਬਾਪ ਦੀ ਇੱਜ਼ਤ ਰੱਖਣੀ ਚਾਹੀਦੀ ਹੈ ਜਿਹੜੇ ਬਾਪ ਨੇ ਸਾਨੂੰ ਬਹੁਤ ਕੁਝ ਦਿੱਤਾ ਪੰਜਾਬ ਪੰਜਾਬੀਏਤ ਨੂੰ ਬਹੁਤ ਕੁਝ ਦਿੱਤਾ ਉਸ ਬਾਪ ਦੀ ਇੱਜ਼ਤ ਨਾਲ ਨਾ ਜੇ ਮੈਂ ਉਹਨਾਂ ਦੀ ਥਾਂ ਤੇ ਹੁੰਦਾ ਮੈਂ ਖੁੱਲੇ ਆਮ ਸ਼ਰੇ ਆਮ ਆ ਕੇ ਮਾਫੀ ਮੰਗਦਾ ਵੀ ਮੇਰੇ ਤੋਂ ਅਣਜਾਣੇ ਚ ਇਹ ਗੱਲ ਹੋਈ ਆ ਮੇਰੇ ਚੋਂ ਇੱਕ ਫੇਮਸ ਹੋਣ ਲਈ ਮੈਂ ਇਹ ਗੱਲ ਕੀਤੀ ਮੈਂ ਇੱਕ ਮਸ਼ਹੂਰ ਹੋਣ ਲਈ ਇਹ ਗੱਲਾਂ ਕੀਤੀਆਂ ਪਰ ਮੈਂ ਅੱਜ ਤੋਂ ਬਾਅਦ ਇਹ ਨਹੀਂ ਕਰੂੰਗਾ ਮੈਂ ਹੁੰਦਾ ਮੈਂ ਕਹਿੰਦਾ ਜੇ ਮੇਰੇ ਤੋਂ ਕੋਈ ਗਲਤੀ ਹੋ ਜਿੰਦੀ ਮੈਂ ਅੱਜ ਵੀ ਆ ਹੋ ਸਕਦਾ ਮੈਂ ਇਨਸਾਨ ਆ ਗਲਤੀ ਹੋਊ ਤਾਂ ਮੈਂ ਬੋਲੂਗਾ ਮਾਫੀ ਮੰਗੂਗਾ ਮਾਫੀ ਮੰਗਣੇ ਚ ਕੀ ਯਾਰ ਜੇ ਤੁਸੀਂ ਗਲਤ ਆ ਜੇ ਮੈਨੂੰ ਇੱਥੋਂ ਆਸਟ੍ਰੇਲੀਆ ਚ ਕੋਈ ਮਿਸ ਗਾਈਡ ਕਰਕੇ ਕੁਝ ਲਿਖਾ ਦੇ ਵੀ ਆ ਲਿਖ ਦਿਓ ਤੇ ਮੈਨੂੰ ਬਾਅਦ ਚ ਪਤਾ ਲੱਗ ਜੇ ਵੀ ਮੈਂ ਤਾਂ ਮਿਸ ਗਾਈਡ ਹੋ ਐ ਸੀ ਤਾਂ ਪਬਲਿਕਲੀ ਕਾਹਨਾ ਮੰਗੋ ਉਹਨਾਂ ਬੰਦਿਆਂ ਨੂੰ ਉਹ ਬੰਦਿਆਂ ਦਾ ਕੀ ਸੀ ਉਹਨਾਂ ਦਾ ਇੱਕ ਤਾਂ ਬੈਨੀਫਿਟ ਇਹ ਸੀ ਵੀ ਉਹ ਭਾਈ ਨਵੇਂ ਬੰਦੇ ਨੂੰ ਵਾਈਪ ਕਰ ਦਈਏ ਇਥੋਂ ਹੀ ਇਹ ਨਹੀਂ ਸਾਨੂੰ ਤੰਗ ਕਰੂਗਾ ਦੂਜਾ ਕੀ ਸੀ ਉਹਨਾਂ ਨੇ ਮੇਰੇ ਤੇ ਦੋਸ਼ ਲਾਇਆ ਵੀ ਇਹ ਮਾਈਗ੍ਰੇਸ਼ਨ ਦਾ ਏਜੰਟ ਆ ਕਮਿੰਟੂ ਤੇ ਇਹਦਾ ਬਿਜ਼ਨਸ ਰੁਕਦਾ ਕਿਤੇ ਨਾ ਕਿਤੇ ਵੀ ਸਟੂਡੈਂਟ ਆਉਣੇ ਨਹੀਂ ਤਾਂ ਇਹ ਚੀਕਿਆ ਲੇਖ ਚ ਲਿਖਿਆ ਬਕਾਇਦਾ ਤੇ ਤੁਸੀਂ ਹੈਰਾਨ ਹੋਵੋਗੇ ਵੀ ਮੈਂ ਤਾਂ ਅੱਜ ਵੀ ਨਹੀਂ ਮਾਈਗ੍ਰੇਸ਼ਨ ਏਜੰਟ ਉਹ ਅਫੀਸ਼ਲ ਫੱਟਾ ਲਾ ਕੇ ਮਾਈਗ੍ਰੇਸ਼ਨ ਦੇ ਏਜੰਟ ਆ ਅੱਜ ਉਹ ਮਾਈਗ੍ਰੇਸ਼ਨ ਦੇ ਧੰਦੇ ਕਰਦੇ ਆ ਉਹਨਾਂ ਨੇ ਕੀ ਕੀ ਸੀ ਉਹਨਾਂ ਨੇ ਕੈਨੇਡਾ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ ਉਸ ਟਾਈਮ ਉਹਨਾਂ ਨੂੰ ਲੱਗਿਆ ਵੀ ਸਟੂਡੈਂਟਾਂ ਨੂੰ ਅਸੀਂ ਆਸਟ੍ਰੇਲੀਆ ਦੀ ਥਾਂ ਤੇ ਸਾਡੇ ਕੋਲੇ ਆਉਣਗੇ ਸੀ ਕੈਨੇਡਾ ਭੇਜਾਂਗੇ ਸੀ ਪੈਸੇ ਬਣਾਵਾਂਗੇ ਹੈ ਇੱਕ ਬੰਦੇ ਨੂੰ ਇਹ ਸੀ ਵੀ ਮੇਰਾ ਅਖਬਾਰ ਚੱਲਦਾ ਮੈਂ ਅਖਬਾਰ ਚ ਬਾਜੀ-ਵਾਹ ਕਰੂੰਗਾ ਬੱਲੇ-ਬੱਲੇ ਹੋ ਜੂ ਮੇਰੀ ਇਦਾਂ ਹੋ ਜੂਗੀ ਹੈ ਤੇ ਮੈਂ ਸਟੂਡੈਂਟਾਂ ਨੂੰ ਸਭ ਸਿਖਾਉਂਗਾ ਹਾਲਾਂਕਿ ਉਸ ਜਿਹੜਾ ਬੰਦੇ ਇਹੋ ਜਿਹੜੇ ਇਹਨਾਂ ਚ ਬੰਦਾ ਸੀ ਉਹਨਾਂ ਨੂੰ ਬਾਅਦ ਚ ਹਰ ਥਾਂ ਤੇ ਸਟੂਡੈਂਟਾਂ ਤੋਂ ਬੇਇੱਜ਼ਤੀ ਕਰਾਉਂਦੇ ਰਹੇ ਆ ਹਰ ਥਾਂ ਤੇ ਗੁੱਟਮਾਰ ਦਾ ਸ਼ਿਕਾਰ ਹੁੰਦੇ ਰਹੇ ਆ ਤੇ ਪਰ ਫਿਰ ਵੀ ਉਹਨਾਂ ਨੂੰ ਲੱਗਦਾ ਵੀ ਇਹ ਚੀਜ਼ਾਂ ਵੱਡੀਆਂ ਸਨ ਹੂੰ ਨਹੀਂ ਬਿਲਕੁਲ ਜੀ ਇਹ ਮਤਲਬ ਗੱਲਾਂ ਅੱਜ ਥੋੜੀਆਂ ਸੀਰੀਅਸ ਤੇ ਭਾਵਕ ਸੀਗੀਆਂ ਇਹ ਗੱਲਾਂ ਮੇਟੂ ਬਰਾੜ ਜੀ ਦੀਆਂ ਤੇ ਸੱਚੀਆਂ ਗੱਲਾਂ ਨੇ ਜੀ ਮਤਲਬ ਉਸ ਟਾਈਮ ਵਾਲਾ ਅਖਬਾਰਾਂ ਚ ਵੀ ਕਾਫੀ ਆਰਟੀਕਲ ਆਏ ਨੇ ਇਸ ਬਾਰੇ ਦੋਨੋਂ ਦੋਨੋਂ ਪਾਸਿਓਂ ਮਤਲਬ ਕਿ ਸਪਸ਼ਟੀ ਕਰਨ ਵਧਰੂ ਵੀ ਆਇਆ ਪਰ ਪੂਰਾ ਦੇਖਿਆ ਜਾਵੇ ਤੇ ਅੱਜ ਦਾ ਮਤਲਬ ਇਹ ਜਿਹੜਾ ਐਪੀਸੋਡ ਸੀਗਾ ਇਹ ਤੇ ਮਤਲਬ ਕਿ ਇਹੀ ਕਹਿ ਸਕਦੇ ਆ ਅਸੀਂ ਕਿ ਕਈ ਵਾਰੀ ਨਾਮ ਬਣਾਉਣ ਦੀ ਖਾਤਰ ਬੰਦਾ ਕੁਝ ਗਲਤ ਜਾਂਦਾ ਮਿਸ ਗਾਈਡ ਹੋ ਕੇ ਲੋਕਾਂ ਨੂੰ ਗਲਤ ਲਿਖ ਦਿੰਦਾ ਤੇ ਕੁਝ ਅਖਬਾਰ ਜਿਹੜੇ ਹੈਗੇ ਨੇ ਮਤਲਬ ਨਾਮ ਚੰਗੇ ਨੇ ਉਹਨਾਂ ਦੇ ਵੀ ਮੈਨੂੰ ਲੱਗਦਾ ਵੀ ਕੁਝ ਆਪਣੇ ਹੀ ਨਿੱਜੀ ਹਿੱਤ ਹੁੰਦੇ ਨੇ ਕਿ ਵੀ ਹਾਂ ਅਸੀਂ ਵੱਡੇ ਰਾਈਟਰ ਨੂੰ ਲੈ ਲੈਨੇ ਆ ਉਹਦਾ ਜਿਹੜਾ ਲਖਿਆ ਅਖਬਾਰ ਅਖਬਾਰ 'ਚ ਛਪੇਗਾ ਤੇ ਉਹ ਵੀ ਮੈਨੂੰ ਲੱਗਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਹੁੰਦੀ ਹੈ ਇਹ ਚੀਜ਼ ਬਿਲਕੁਲ ਜੀ ਪਰ ਮੈਂ ਇੱਥੇ ਦਰਸ਼ਕਾਂ ਨੂੰ ਇੱਕ ਗੱਲ ਜ਼ਰੂਰ ਕਹੂੰ ਆ ਵੀ ਮੇਰੀਆਂ ਗੱਲਾਂ ਤੇ ਵੀ ਨਾ ਯਕੀਨ ਕਰੋ ਮੇਰੀਆਂ ਗੱਲਾਂ ਤੇ ਯਕੀਨ ਨਾ ਕਰੋ ਪਰ ਤੁਸੀਂ ਇੰਨਾ ਕੁ ਪੜਤਾਲ ਲਿਓ ਵੀ 15 ਸਾਲਾਂ ਚ ਤੁਹਾਨੂੰ ਕਿੰਨੀਆਂ ਕੁ ਕੁੜੀਆਂ ਦੇਖੀਆਂ ਜਿਨ੍ਹਾਂ ਨੇ ਬਿਨਾ ਵਿਆਹ ਕਰਾਏ ਬੱਚਾ ਜੰਮ ਲਿਆ ਪੰਜਾਬਾਂ ਨੇ ਹਮ ਕਿੰਨੇ ਕੁ ਮੁੰਡੇ ਦੱਸੇ ਜਿਹੜੇ ਕਿ ਜਿੱਲਾਂ ਘਟ ਰਹੇ ਚੋਰੀ ਕਰਨ ਕਰ ਹਮ ਕਿੰਨੇ ਕੁ ਲੋਕ ਭੁੱਖ ਮਾਰ ਦੇ ਸ਼ਕੀਰ ਸ਼ਿਕਾਰ ਹੋਏ ਜਿਹੜੇ ਮੁਲਕ ਚ 70 ਗੁਰਦੁਆਰੇ ਆ ਤੁਸੀਂ ਉੱਥੇ ਤੋਂ ਸੀ ਸੋਚ ਸਕਦਾ ਹੋ ਵੀ ਕੋਈ ਬੰਦਾ ਭੁੱਖਾ ਪੈਂਦਾ ਹੋ ਹਮ ਸਹੀ ਗੱਲ ਹੈ ਇੰਨੀ ਕੁ ਤਾਂ ਜ਼ਮੀਰ ਰਹਿ ਗਈ ਅੱਜ ਵੀ ਆਸਟ੍ਰੇਲੀਆ ਦੇ ਵਿੱਚ ਚਾਹੇ ਅੱਗਾਂ ਲੱਗੀਆਂ ਚਾਹੇ ਕੁਝ ਵੀ ਹੋਇਆ ਕਿਸੇ ਗੁਰੂ ਘਰ ਜਾਇਓ ਹੁਣ ਜਿਹੜਾ ਕੋਵਿਡ ਦੇ ਟਾਈਮ ਚ ਗੁਰੂ ਘਰਾਂ ਦਾ ਰੋਲ ਦੇਖੋ ਹਾਂਜੀ ਤੇ ਉੱਥੇ ਤੁਸੀਂ ਜਾਓ ਕਿੰਨੇ ਨੂੰ ਰੋਟੀ ਦਿੱਤੀ ਜਾਂਦੀ ਹੈ ਕਿੰਨੇ ਨੂੰ ਕਿੰਨੇ ਨੂੰ ਰਹਿਣ ਲਈ ਦਿੱਤਾ ਜਾਂਦਾ ਕੀ ਮੰਨ ਲੈਣਿਆ ਸ ਪ੍ਰਧਾਨੀ ਕਹਿੰਦੇ ਰੋਲੇ ਆ ਮੰਨ ਲੈਣਿਆ ਚਾ ਉਹਦਰਾ ਦੇ ਰੋਲੇ ਆ ਪਰ ਜਿੱਥੇ ਲੋੜਵੰਦ ਨਾਲ ਖੜਨ ਦੀ ਗੱਲ ਆ ਉੱਥੇ ਅੱਜ ਤੱਕ ਸੁੱਖਾ ਭੁੱਖੇ ਢਿੱਡ ਨਹੀਂ ਕਿਸੇ ਨੂੰ ਪੈਣ ਦਿੱਤਾ ਬਿਲਕੁਲ ਜੀ ਖਾਸ ਕਰਕੇ ਆਪਣਿਆਂ ਨੂੰ ਦੂਜਿਆਂ ਨੂੰ ਤਾਂ ਵੱਖਰੀ ਗੱਲ ਸਾਡੇ ਤਮਿਲ ਗੁਰਦੁਆਰਾ ਸਾਹਿਬ ਨੇ ਮਿਲ ਕਾਫੀ ਜਿੱਦਾਂ ਸਿਡਨੀ ਮੈਲਬਨ ਹੋਇਆ ਗੋਰਿਆਂ ਤੱਕ ਜਾ ਕੇ ਮਿਲ ਪਿੱਛੇ ਅੱਗਾ ਲੱਗਿਆ ਨੇ ਗੋਰਿਆਂ ਨੂੰ ਜਾ ਕੇ ਫੂਡ ਸਪਲਾਈ ਕੀਤਾ ਪਰ ਇਹ ਤਾਂ ਗੱਲ ਮਲ ਦੇਖਿਆ ਜਾਵੇ ਕਿਸੇ ਐਂਗਲ ਤੋਂ ਸਹੀ ਨਹੀਂ ਲੱਗਦੀ ਕਿ ਭੁੱਖੇ ਸੋਣੇ ਹਾਂ ਮੰਨਿਆ ਕੋਈ ਲੱਖਾਂ ਚੋਂ ਇੱਕ ਕੋਈ ਹੋਇਆ ਐਦਾਂ ਲਖੇ ਮੈਂ ਕੱਲ ਪਰਸੋਂ ਪੜ ਰਿਆ ਸੀ ਕਿਸੇ ਗੁਜਰਾਤੀ ਦਾ ਸਟੇਟਸ ਹਾਂਜੀ ਉਹ ਆਦਾ ਮੈਨੂੰ ਪਤਾ ਹੀ ਨਹੀਂ ਸੀ ਵੀ ਗੁਰਦੁਆਰਾ ਸਾਹਿਬ ਐਦਾਂ ਰੋਲਾਦਾ ਕਰਦਿਆ ਲੋਕਾਂ ਨੂੰ ਕਹਿ ਰਿਹਾ ਕਿ ਨਾ ਮੈਂ ਮਰ ਚੱਲਿਆ ਸੀ ਭੁੱਖਣ ਨਾਲ ਮੇਰਾ ਕਿਰਾਇਆ ਮੇਰੇ ਕੋਲ ਨਹੀਂ ਸੀ ਕਹਿੰਦਾ ਮੈਂ ਇੱਕ ਗੁਰੂ ਘਰ ਦਾ ਵੈਸੀ ਫੋਨ ਕਰ ਲਿਆ ਤੇ ਮੈਨੂੰ ਐ ਉਹਨਾਂ ਨੇ ਅਹਿਸਾਸ ਕਰਾਤਾ ਵੀ ਵਾਕੇ ਮੈਂ ਸਹੀ ਥਾਂ ਜਾ ਗਿਆ ਕਹਿੰਦੇ ਤੁਹਾਨੂੰ ਵੀ ਦਿੱਕਤ ਹੈ ਤਾਂ ਉੱਥੇ ਜਾਓ ਜਰ ਇੱਕ ਗੁਰੂ ਨਾਨਕ ਦੇਵ ਜੀ ਦਾ ਜਿੱਥੇ ਨਾਂ ਆ ਜਾਂਦਾ ਨਾ ਉੱਥੇ ਸਾਰੇ ਜਾਣੇ ਇਹ ਚੀਜ਼ਾਂ ਛੱਡ ਕੇ ਹੈਲਪ 'ਚ ਹੋ ਜਾਂਦੇ ਆ ਤੇ ਅਸੀਂ ਕਰਦੇ ਆ ਪਰ ਮੈਂ ਇੱਥੇ ਦਰਸ਼ਕਾਂ ਨੂੰ ਇਹ ਗੱਲ ਕਹਦੇ ਆ ਵੀ ਮੇਰੇ ਤੇ ਵੀ ਨਾ ਯਕੀਨ ਕਰੋ ਯਕੀਨ ਸਾਡੇ ਸ਼ੋਅ ਤੇ ਵੀ ਨਾ ਕਰੋ ਤੁਸੀਂ Google ਬਾਬੇ ਤੇ ਯਕੀਨ ਕਰਕੇ ਨਾ ਉਤੋਂ ਆਰਟੀਕਲ ਮੰਗੋ 20 ਦਸੰਬਰ ਦਾ ਜੇ ਤੁਸੀਂ ਸਪੋਕਸਮੈਨ ਕਢਾ ਸਕਦੇ ਹੋ ਲਾਇਬ੍ਰੇਰੀ 'ਚ ਉਹਨਾਂ ਦੀ ਚੋਂ ਕਢਾਓ ਉਹ ਆਰਟੀਕਲ ਪੜੋ ਫਿਰ ਮੇਰਾ ਆਰਟੀਕਲ ਪੜੋ ਕਿਹੜੀ ਐਣਕ ਨਾਲ ਦੇਖਿਆ ਡਾਕਟਰ ਰਸ਼ੇਂਦਰ ਕੌਰ ਨੇ ਆਸਟ੍ਰੇਲੀਆ ਆਨਲਾਈਨ ਤੁਹਾਨੂੰ ਸ਼ਾਇਦ ਸਾਡੀ ਰੇਡੀਓ ਟਾਕ ਵੀ ਮਿਲ ਜੇ ਆਨਲਾਈਨ ਮੇ ਮਿਲ ਜੂਗਾ ਸ਼ਾਇਦ ਉਹ ਚੜ੍ਹਦੀ ਕਲਾ ਤੇ ਸੀ ਜਿਹਦੇ ਚ ਮੈਂ ਇਕੱਲਾ ਰਹਿ ਗਿਆ ਫਿਰ ਆਇ ਨਹੀਂ ਉਹਨਾਂ ਸਾਰਿਆਂ ਨੂੰ ਦੇਖ ਕੇ ਤਾਂ ਜਰੂਰ ਤੁਸੀਂ ਇਹ ਦੱਸਿਓ ਤੇ ਜਿਵੇਂ ਉਹ ਸਾਡੇ ਸੰਧੋੜਾ ਸਾਹਿਬ ਦਾ ਇੰਟਰਵਿਊ ਕੀਤੀ ਸੀ ਪਿੱਛੇ ਜੇ ਮੈਂ ਮੇਰਾ ਤਾਂ ਕਈ ਵਾਰੀ ਦਿਲ ਕਰਦਾ ਵੀ ਉਹਨਾਂ ਨੇ ਨਾ ਇੱਕ ਅਵਾਰਡ ਸ਼ੁਰੂ ਕੀਤਾ ਸੀਗਾ ਸੰਧੋੜਾ ਸਾਹਿਬ ਨੇ ਅਸ਼ੋਕ ਸਦੋੜਾ ਆਪਣੇ ਬਠਿੰਡੇ ਤੋਂ ਆ ਬੜੇ ਪੁਰਾਣੇ ਜਰਨਲਿਸਟ ਆ ਤੇ ਉਹਨਾਂ ਨੇ ਇੱਕ ਅਵਾਰਡ ਸ਼ੁਰੂ ਕੀਤਾ ਸੀ ਉਹਦਾ ਅਵਾਰਡ ਦਾ ਨਾਮ ਸੀ ਫਿੱਟੇ ਮੂੰ ਫਿਟਲਾਂਤ ਸਰਟੀਫਿਕੇਟ ਅੱਛਾ ਜੀ ਉਹ ਫਿਟਲਾਂਤ ਸਰਟੀਫਿਕੇਟ ਦਿੰਦੇ ਹੁੰਦੇ ਸੀਗੇ ਜਿਹੜੇ ਬੰਦੇ ਨੇ ਜਨ ਜਨਸੰਖਿਆ 'ਚ ਨਜਾਇਜ਼ ਵਾਧਾ ਕਰੀ ਜਾਂਦਾ ਜਾਣਦਾ ਹੋਇਆ ਜਦੋਂ ਲਾਲੂ ਨੇ ਲਾਲੂ ਦੇ 12ਵੇਂ ਬੱਚਾ ਹੋਇਆ ਸੀ ਉਹਨੂੰ ਦੇਖ ਕੇ ਆਇਆ ਸੀ ਇੱਥੇ ਜਾ ਕੇ ਅੱਛਾ ਜੀ ਵੱਡੇ ਵੱਡੇ ਲੋਕਾਂ ਨੇ ਉਹਨਾਂ ਨੇ ਪੰਗੇ ਲਏ ਭੁਗਤਿਆ ਵੀ ਉਹਦਾ ਪਰ ਮੇਰਾ ਜੀ ਕਰਦਾ ਵੀ ਉਹ ਹੁਣ ਥੋੜੇ ਜਿਹਾ ਸ਼ਾਂਤ ਆ ਵੀ ਉਹਨਾਂ ਦੀ ਜਿਹੜੀ ਵਿਰਾਸਤ ਆ ਉਹਨੂੰ ਮੈਂ ਅੱਗੇ ਤੋਰਾਂ ਤੇ ਇਹ ਜਿਹੇ ਲੋਕ ਜਿਹੜੇ ਇਦਾਂ ਬਕਵਾਸ ਲਿਖਦੇ ਆ ਨਾ ਬਕਵਾਸ ਸ਼ਬਦ ਵਰਤਦੇ ਆ ਜਾਣ ਬੁੱਝ ਕੇ ਵਰਤਦੇ ਆ ਕੋਈ ਮੂੰਹ 'ਚੋਂ ਨਹੀਂ ਨਿਕਲਿਆ ਲਿਖਦੇ ਉਹਨਾਂ ਨੂੰ ਫਿੱਟ ਲਾਂ ਤਾਂ ਸਰਟੀਫਿਕੇਟ ਇਸ਼ੂ ਕਰਾਂ ਨਹੀਂ ਮੈਨੂੰ ਲੱਗਦਾ ਦੂਜਾ ਪੰਖ ਇਹ ਵੀ ਹੈ ਜੇ ਅਗਰ ਕੋਈ ਬੰਦਾ ਲਿਖਦਾ ਜੋ ਮੰਨ ਲਓ ਕੋਈ ਸਥਾਪਤ ਕੋਈ ਲੇਖਕ ਹੋ ਗਿਆ ਤੇ ਉਹ ਨੂੰ ਮਤਲਬ ਥੋੜਾ ਵਾਈਡ ਹੋ ਕੇ ਸੋਚਣਾ ਪੈਣਾ ਚਾਹੀਦਾ ਨਾ ਕਿ ਵੀ 10 ਬੰਦਿਆਂ 'ਚ ਇੱਕ ਬੰਦਾ ਹੀ ਸੁਣ ਕੇ ਲਿਖ ਦੋ ਇਹ ਕੋਈ ਸਥਾਪਤ ਲੇਖਕ ਜੇ ਇੱਕ ਤਾਂ ਕੋਈ ਬੰਦਾ ਹੋਇਆ ਕਿ ਮੇਰੇ ਵਰਗਾ ਕੋਈ ਇਦਾਂ ਲਿਖ ਰਿਹਾ ਫਸਟ ਟਾਈਮ ਕੋਈ ਉਹ ਤਾਂ ਚਲੋ ਮੰਨ ਸਕਦਾ ਕਿ ਇੱਕ ਬੰਦੇ ਨੇ ਲਿਖ ਕੇ ਸਟੋਰੀ ਹਣੀ ਜੇ ਉਹ ਮਤਲਬ ਸੋਚਦਾ ਕਿ ਪੂਰੇ ਆਸਟ੍ਰੇਲੀਆ 'ਚ ਉਹ ਮਤਲਬ ਕਿ ਮੈਂ 4 ਬੰਦੇ ਦੇਖ ਕੇ ਲਿਖ ਤਾ ਲੇਖ ਕੋਈ ਰਿਸਰਚ ਨਹੀਂ ਕੋਈ ਕੁਝ ਨਹੀਂ ਫਿਰ ਤਾਂ ਮੈਨੂੰ ਲੱਗਦਾ ਵੀ ਕੁਝ ਨਾ ਕੁਝ ਬਾਝਬ ਹੈ ਉਹਦੇ ਬਾਰੇ ਬੋਲਣਾ ਮੈਂ ਇਸ ਵਿਸ਼ੇ ਤੇ ਬੋਲਦਾ ਨਹੀਂ ਨਾ ਮੈਂ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਮੈਂ ਬੋਲਣਾ ਵੀ ਨਹੀਂ ਚਾਹੁੰਦਾ ਸੀ ਪਰ ਮੇਰੇ ਤੋਂ ਫਿਰ ਰੁਕਿਆ ਨਹੀਂ ਜਾਂਦਾ ਮੈਂ ਰਹਿ ਨਹੀਂ ਸਕਦਾ ਇਸ ਕਰਕੇ ਅਸੀਂ ਬ੍ਰੇਕਥਰੂ ਐਪੀਸੋਡ ਵੀ ਵੱਡਾ ਹੋ ਗਿਆ ਮਾਫੀ ਚਾਹੁੰਨੇ ਆ ਇਹਦੇ ਲਈ ਪਰ ਮੇਰੇ ਤੋਂ ਫੇਰ ਬੋਲਿਆ ਗਿਆ ਫੇਰ ਚਰਚਾ ਛਿੜੂਗੀ ਫੇਰ ਮੈਨੂੰ ਮੰਦਾ ਚੰਗਾ ਬੋਲਣਗੇ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਦਮ ਨਾਲ ਬੋਲਿਓ ਜੇ ਬੋਲਣਾ ਨਾ ਸਾਹਮਣੇ ਆ ਕੇ ਬੋਲਿਓ ਪ੍ਰਾਈਵੇਟ ਕਾਲਾਂ ਕਰਕੇ ਨਾ ਨੰਬਰ ਕਾਲ ਕਰਿਓ ਤੇ ਨਾ ਮੈਸੇਜ ਕਿਸੇ ਗਲਤ ਆਈਡੀਆਂ ਤੋਂ ਕਰੋ ਇੱਕ ਚ ਵਜੇ ਹੋ ਜੇ ਬਜਣਾ ਤਾਂ ਜਿਵੇਂ ਅਸੀਂ ਵਜੇ ਚਲੋ ਜੀ ਅੱਜ ਦਾ ਸ਼ੋਅ ਥੋੜਾ ਜਿਆ ਮਤਲਬ ਸਰਗਰਮ ਰਿਹਾ ਮਤਲਬ ਕਿ ਮਿੰਟੂ ਬਰਾੜ ਜੀ ਵੀ ਥੋੜੇ ਜੇ ਅੱਜ ਰੋਸ ਚ ਸੀਗੇ ਜਾਇਜ ਵੀ ਹੈ ਜੀ ਰੋਸ ਮਤਲਬ ਸੱਚ ਬੋਲਣ ਵਾਲੇ ਨੂੰ ਬੰਦੇ ਨੂੰ ਚੁਪਦੀ ਨਹੀਂ ਹੈ ਗੱਲਾਂ ਕੁਛ ਅੱਜ ਮੈਂ ਮਤਲਬ ਇੱਥੇ ਆਪਾਂ ਫਿਨਿਸ਼ ਕਰਦੇ ਹਾਂ ਜੀ ਅਗਲਾ ਸ਼ੋਅ ਆਪਾਂ ਫੇਰ ਲੈ ਕੇ ਮਿਲਦੇ ਹਾਂ ਜੀ ਮਿੰਟੂ ਬਰਾੜ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ